शहीद भाई रिशपाल सिंह छंदड़ा एक वाकित ऐसा खाड़कू सिंह होया जिन्हें उस समय केपीएस गिल के मूँह के उपर थुकिया सी। चीफ स्टाफ लेके गए थे जब इन्होंने पुछगिछ शुरू की, फिर डैडी ने अगे क्या मैं अपनी जथेबंदी का जरनैल हाँ, बई जे थोड़ा कोई जरनैल है मैं उन्हें गल करूँगा, मैं होर किसी ना गल नहीं करनी। पिता जी ने पानी जिहड़ा पिता वह कुरली जिहड़ी पहली पानी की घुट भरी वह कुरली सीधी जिहड़े केपीएस गिल दे मूँह ते केपीएस गिल दे मूँह ते कीती कहिंदा तूं तां आही घर है मैं तेरे मूँह ते कुरली करी। जे मैं यह भी मान जाना कहिंदा वी बहुत वड्डी प्राप्ति होगी तेरे लई। ਇਹ ਬਖਲਾੜ ਦੇ ਵਿੱਚ ਆ ਕੇ ਕੇ ਪੀ ਐਸ ਗਿੱਲ ਨੇ ਜਦ ਬਈ ਜਦ ਐਡੀ ਗੱਲ ਹੋ ਗਈ ਵੀ ਅਸੀਂ ਇੰਨਾ ਯਾਰ ਵੀ ਇਹਨੂੰ ਤੋੜ ਲਿਆ ਬੰਦੇ ਨੂੰ ਹਨਾ, ਬਈ ਇਹਨੇ ਜਦ ਵੀ ਮੈਨੂੰ ਬੁਲਾ ਕੇ ਫਿਰ ਮੇਰੀ ਸਾਰਿਆਂ ਦੇ ਵਿੱਚ ਬੇਇੱਜ਼ਤੀ ਕਰਤੀ। ਉਹਨਾਂ ਨੇ ਇਹ ਬਖਲਾੜ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਬਈ ਤਸਦਦ ਕੀਤਾ, ਉਹਨਾਂ ਦੀ ਲੱਤ ਜਿਹੜੀ ਸੀਗੀ ਜਿਹੜੀ ਟੁੱਟੀ ਹੋਈ ਸੀ ਉਹ ਪੂਰੀ ਵੱਢੇ ਦਿੱਤੀ ਸੀ ਉਹਨਾਂ ਨੇ। ਫਿਰ ਉਹਨਾਂ ਨੇ ਅਖੀਰ ਦੇ ਵਿੱਚ ਦੇਖਿਆ ਵੀ ਰਿਸ਼ਪਾਲ ਸਿੰਘ ਛੰਦੜਾ ਤੋਂ ਅਸੀਂ ਕੁਛ ਨਹੀਂ ਕਹਾ ਸਕਦੇ, ਫਿਰ ਅਖੀਰ ਦੇ ਵਿੱਚ ਉਹਨਾਂ ਨੇ ਜੀਭ ਵੱਢਤੀ ਉਹਨਾਂ ਦੀ, ਫਿਰ ਲਾਸਟ ਵਿੱਚ ਉਹਨਾਂ ਨੇ ਗੋਲੀ ਮਾਰੀ ਸਾਰੇ ਬਰਾਤੀਆਂ ਨੂੰ ਸਾਰੇ ਜੀ। ਇਹ ਜਿਹੜੇ ਨਾਤੇ ਧੋਤੇ ਸੀ ਸਾਰੇ ਨਾਤੇ ਧੋਤੇ ਤਿਆਰ ਹੋਏ ਹੋਏ ਸਾਰੇ ਉੱਥੇ ਪਾਤੀਆਂ ਪੱਥਣ ਲਾਤੇ। ਫਿਰ ਉਹਨੇ ਕਹਿੰਦੇ ਸਟੇਜ ਤੇ ਚੜ ਕੇ ਇਹੀ ਕਿਹਾ ਵੀ ਉੱਪਰੋਂ ਹੁਕਮ ਆਇਆ, ਅਜੇ ਇਹ ਨਹੀਂ ਦੱਸਿਆ ਵੀ ਖੜਕੂ ਸਿੰਘਾਂ ਦੀ ਚਿੱਠੀ ਆਈ ਸਿੰਘਾਂ ਵੱਲੋਂ ਆਇਆ। ਕਹਿੰਦੇ ਉਹਨੇ ਇਹੀ ਕਿਹਾ ਵੀ ਉੱਪਰੋਂ ਹੁਕਮ ਆਇਆ ਬਈ ਕੱਲ ਤੋਂ 10 ਦਿਨਾਂ ਦੇ ਵਿੱਚ ਕੇਸਰੀ ਪੱਗ ਚਿੱਟੀ ਕਮੀਜ਼ ਕਾਲੀ ਪੈਂਟ ਪਾ ਕੇ ਆਉਣੀ ਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸੈਕਿੰਡ ਐਪੀਸੋਡ ਦੇ ਵਿੱਚ ਵੀ ਸਰਦਾਰ ਰਿਸ਼ਪਾਲ ਸਿੰਘ ਛੰਦੜਾ, ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਛੰਦੜਾ ਮੇਰੇ ਨਾਲ ਹੋਣਗੇ, ਅਤੇ ਮੈਂ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕੀਤੀ ਸੀ, ਬੜੀਆਂ ਉਹਨਾਂ ਨੇ ਗੱਲਾਂ ਉਸ ਸਮੇਂ ਦੀਆਂ ਦੱਸੀਆਂ, ਕਿਤੇ ਨਾ ਕਿਤੇ ਇਹਨਾਂ ਦਾ ਵੀ ਗੱਲ ਭਰਦਾ ਪਿਆ ਸੀ ਅਤੇ ਕਿਤੇ ਨਾ ਕਿਤੇ ਅੱਖਾਂ ਮੇਰੀਆਂ ਵੀ ਭਰੀਆਂ ਹੋਈਆਂ ਸਨ। ਬਸ ਇੰਝ ਕਹਿ ਲਈਏ ਵੀ ਉਹ ਐਪੀਸੋਡ ਕਿਵੇਂ ਸਿਰੇ ਚਾੜਿਆ ਉਹ ਵੀਰ ਜਾਣਦੇ ਨੇ, ਮੈਂ ਜਾਣਦਾ ਵਾਂ ਜਾਂ ਸਾਡਾ ਰੱਬ ਜਾਣਦਾ, ਇਹ ਸੱਚਾਈ ਹੈ। ਕਿਉਂਕਿ ਉਹ ਜਿਹੜਾ ਦੌਰ ਹੁੰਦਾ ਹੈ ਉਸ ਦੌਰ ਦੇ ਵਿੱਚ ਜੇ ਗੱਲ ਕਹੀਏ ਵੀ ਗਵਾਹੀ ਦੀ, ਤਾਂ ਮੇਰੇ ਖਿਆਲ ਦੇ ਵਿੱਚ ਉਸ ਸਮੇਂ ਦੀ ਗਵਾਹੀ ਤਾਂ ਪਰਮਾਤਮਾ ਹੀ ਹੋ ਸਕਦੀ ਹੈ, ਹੋਰ ਕੀ ਹੋ ਸਕਦਾ। ਸੋ ਇਹਨਾਂ ਨੇ ਬੜੀਆਂ ਸੁੰਦਰ ਸਾਨੂੰ ਗੱਲਾਂ ਬਾਤਾਂ ਦੱਸੀਆਂ, ਪਰ ਅੱਜ ਇਹਨਾਂ ਦੇ ਨਾਲ ਇੱਕ ਗੱਲਬਾਤ ਕਰਾਂਗੇ ਵੀ ਸ਼ਹਾਦਤਾਂ ਵੀ ਹੋਈਆਂ, ਪਰਿਵਾਰ ਦੇ ਇੰਨੇ ਜੀ ਵੀ ਗਏ, ਉਸ ਸੰਘਰਸ਼ ਦੀ ਕੋਈ ਪ੍ਰਾਪਤੀ ਬਾਰੇ ਵੀ ਜਾਣਕਾਰੀ ਦਿਓ ਵੀ ਜੇ ਇੰਨਾ ਗਵਾ ਕੇ ਅਸੀਂ ਆਪਣਿਆਂ ਨੂੰ ਖੋਇਆ ਆ, ਮੰਨਣਾ ਪਏਗਾ ਸਾਡੇ ਆਪਣੇ ਖੋਏ ਨੇ, ਆਪਣਿਆਂ ਨੂੰ ਖੋ ਕੇ ਅਸੀਂ ਪ੍ਰਾਪਤ ਕੀ ਕੀਤਾ ਹੈ, ਉਸ ਮੁੱਦੇ ਦੇ ਬਾਰੇ ਅੱਜ ਜਾਣਕਾਰੀ ਲੈਂਦੇ ਹਾਂ। ਅਤੇ ਅੰਮ੍ਰਿਤਪਾਲ ਸਿੰਘ ਛੰਦੜਾ ਵੀਰ ਮੇਰੇ ਨਾਲ ਨੇ, ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਦੱਸਦੇ ਹਾਂ, ਜਦੋਂ ਅੰਮ੍ਰਿਤਪਾਲ ਸਿੰਘ ਛੰਦੜਾ ਦੇ ਦਾਦੀ ਜੀ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ ਦਾਦੀ ਜੀ, ਜਿਨ੍ਹਾਂ ਦੇ ਬਾਰੇ ਇਹਨਾਂ ਨੇ ਵੀ ਜ਼ਿਕਰ ਕੀਤਾ ਵੀ ਜੀ ਅੱਜ ਮੈਂ ਹਾਂ ਤਾਂ ਆਪਣੀ ਦਾਦੀ ਦੀ ਬਦੌਲਤ ਹਾਂ, ਉਹਨੇ ਮੈਨੂੰ ਲੁਕੋ ਕੇ ਨਹੀਂ ਰੱਖਿਆ, ਉਹਨੇ ਮੈਨੂੰ ਡਰਪੋਕ ਨਹੀਂ ਬਣਾਇਆ, ਉਹਨੇ ਹਾਲਾਤਾਂ ਦਾ ਟਾਕਰਾ ਕਿਵੇਂ ਕਰਨਾ ਮੈਨੂੰ ਇਹੋ ਜਿਹਾ ਤਿਆਰ ਕਰ ਦਿੱਤਾ। ਅਤੇ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਉਸ ਸਮੇਂ ਐਸ ਜੀ ਪੀ ਸੀ ਦੇ ਪ੍ਰੈਜ਼ੀਡੈਂਟ ਸਨ, ਅਤੇ ਉਹਨਾਂ ਦੇ ਕੋਲੋਂ ਕਿਸੇ ਦਾ ਕੰਮ ਕਰਵਾਉਣ ਦੇ ਲਈ, ਆਪਣਾ ਨਹੀਂ, ਇੱਥੋਂ ਆਪਾਂ ਸੋਸ਼ਲ ਵਰਕਰ ਵਜੋਂ ਦੇਖ ਸਕਦੇ ਹਾਂ, ਰਿਸ਼ਪਾਲ ਸਿੰਘ ਛੰਦੜਾ ਦੇ ਮਾਤਾ ਜੀ ਕਿਸੇ ਦਾ ਕੰਮ ਕਰਵਾਉਣ ਲਈ ਅਪੜੇ, ਅਤੇ ਮੈਂ ਉੱਥੇ ਮਿਲਿਆ, ਮੈਂ ਮਾਤਾ ਜੀ ਨੂੰ ਫਤਿਹ ਬੁਲਾਈ, ਫਤਿਹ ਬੁਲਾਉਣ ਤੋਂ ਬਾਅਦ ਉਹਨਾਂ ਦਾ ਸਿੱਧਾ ਸੀ ਮੱਕੜ ਕਿੱਥੇ ਆ, ਮੈਂ ਕਿਹਾ ਜੀ ਪਤਾ ਨਹੀਂ ਉਹਨਾਂ ਦੇ ਬੰਦਿਆਂ ਨੂੰ ਪਤਾ ਹੋਣਾ, ਪਤਾ ਕਰਕੇ ਜਦੋਂ ਅੰਦਰ ਗਏ ਜ਼ੁਰਤ ਨਾਲ ਜਿਹੜੀ ਗੱਲ ਕਹੀ ਉਹਨਾਂ ਨੇ ਉਹ ਜ਼ੁਰਤ ਇਸ ਕਿਸਮ ਦੀ ਸੀ, ਮੈਂ ਰਿਸ਼ਪਾਲ ਸਿੰਘ ਛੰਦੜਾ ਦੀ ਮਾਂ ਹਾਂ, ਮੈਂ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਦੀ ਮਾਂ ਹਾਂ, ਅਤੇ ਆਹ ਮੇਰਾ ਕੰਮ ਹੈ, ਇਹ ਮੇਰਾ ਕੰਮ ਹੁਣੇ ਕਰਕੇ ਦਿਓ। ਸੋ ਆਹ ਜ਼ੁਰਤ ਸੀ ਉਹਨਾਂ ਦੇ ਅੰਦਰ, ਮਨ ਚਾਹਿਆ ਸੀ ਕਿ ਉਸ ਮਾਂ ਦੇ ਨਾਲ ਕੁਛ ਇੰਟਰਵਿਊ ਕਰਾਂ, ਛੰਦੜਾ ਪਿੰਡ ਦੇ ਵਿੱਚ ਉਸ ਮਾਂ ਨੂੰ ਲੈ ਕੇ ਜਾਵਾਂ, ਅਤੇ ਉਹ ਖੰਡਰ ਬਣੇ ਘਰਾਂ ਦੀ ਇੱਕ ਡਾਕੂਮੈਂਟਰੀ ਤਿਆਰ ਕਰਾਂ। ਅੱਜ ਵੀ ਉਹ ਘਰ ਖੰਡਰ ਹੈ ਵੀਰ, ਉੱਥੇ ਨਹੀਂ ਰਹਿੰਦੇ, ਅੱਜ ਵੀ ਉਹ ਘਰ ਖੰਡਰ ਹੈ। ਉਸ ਦਾਦੀ ਮਾਂ ਦੇ ਨਾਲ, ਰਿਸ਼ਪਾਲ ਸਿੰਘ ਛੰਦੜਾ ਦੀ ਮਾਂ ਦੇ ਨਾਲ ਗੱਲਾਂ ਬਾਤਾਂ ਕਰਾਂ, ਪਰ ਉਸ ਸਮੇਂ ਸ਼ਾਇਦ ਮੈਂ ਅਕਾਲ ਚੈਨਲ ਦਾ ਪ੍ਰੈਜ਼ੈਂਟਰ ਨਹੀਂ ਸਾਂ, ਅਤੇ ਮੇਰੇ ਕੋਲ ਸਾਧਨ ਨਹੀਂ ਸਨ ਕਿ ਜਿਹਨਾਂ ਸਾਧਨਾਂ ਦੀ ਵਰਤੋਂ ਕਰਕੇ ਉਸ ਮਾਂ ਦੇ ਨਾਲ ਕੀਤੀਆਂ ਗੱਲਾਂ ਬਾਤਾਂ ਮੈਂ ਸਾਂਭ ਸਕਾਂ। ਸੋ ਨਾ ਸਾਧਨ ਹੋਣ ਕਰਕੇ ਮੈਨੂੰ ਲੱਗਦਾ ਵੀ ਉਹ ਸਮਾਂ ਮੇਰਾ ਖੁੰਝ ਗਿਆ, ਜਦੋਂ ਸਾਧਨ ਮੇਰੇ ਕੋਲ ਆਏ ਉਦੋਂ ਉਹ ਮਾਂ ਦੁਨੀਆਂ ਤੋਂ ਜਾ ਚੁੱਕੀ ਸੀ। ਬੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੱਸਣੀਆਂ ਪੈਣੀਆਂ ਨੇ, ਜਿਹੜੀਆਂ ਸਾਨੂੰ ਘਰ ਘਰ ਜਾ ਕੇ ਇਤਿਹਾਸ ਟਟੋਲਣਾ ਪੈਣਾ ਅਤੇ ਦੁਨੀਆਂ ਨੂੰ ਦੱਸਣਾ ਪੈਣਾ ਵੀ ਆਹ ਕੁਛ ਸਾਡੇ ਪੰਜਾਬ ਦੇ ਨਾਲ ਹੋਇਆ।
खैर हुण साधन ने ते मैनूं लगदा है कि आप साधना के जरिए अकाल चैनल एक बहुत वड्डा साधन है जिद नाल असीं अपनी आवाज़ दुनिया के लैके जाने। मेरे रात मन के कोई ख्याल आता है भी सवेरे आह मैं कम करना है, मैं उस वेले उस परिवार नाल कॉन्टैक्ट करदा वा, मैं चैनल के उपर कॉल करदा वा, उस वेले सारा जिहड़ा ये असी इतिहास तुहाडे अगे रख दिंदे आ। धन्नवादी हाँ जी मैं अकाल चैनल का जिन्होंने बिना किसी डर खौफ बेबाकी दे नाल इस शहीद परिवारों नूं तुहाडे रूबरू कीता है। नहीं तो दुनिया बहुत ज़्यादा डरती है, झिझकती है, तरह तरह दी प्रॉब्लम्स के हवाले देती है। आओ वीर दे नाल गलबात करते हैं। सब तो पहला प्रोग्राम दे विच वीर जी का स्वागत करते हैं। वीर जी वाहिगुरू जी का खालसा वाहिगुरू जी की फतेह। पिछली बारी आपां गल्लां बातां कीतियां सी ते मैं लास्ट इत्थे खत्म कीता सी कि शहीद भाई रिशपाल सिंह छंदड़ा एक वाहिद ऐसा खाड़कू सिंह होया है जिन्हें उस समय के पी एस गिल दे मूँह दे उपर थुकिया सी। वो थुकण दा की कारण सी इह ते तुहाडे कोल जरूर जाणांगा, पर मैं इस तो पहला थोड़ा जिहा जानना चाहुंदा वां कि असी अपने परिवार दे जी खोए ने। देखो तुहाडे दादा जी शहीद, तुहाडे पिता जी शहीद, तुहाडे माता जी शहीद, तुहाडे नानी जी शहीद। जदों दादा जी शहीद होए तुसीं 13 दिनां दे हो, जदों पिता जी शहीद होए तुसीं 9 महीनियां दे हो, ते पिता जी दा जे भोग भी नहीं पिया ते माता जी ते नानी जी जिहड़े ने उन्हां नूं पुलिस चुक के लै गई, अज तक तुसीं अपनी माँ नूं नहीं मिले, अपनी दादी नूं नहीं मिले, की होया, पंज पुतक शरीर कित्थे गए, मेरे ख्याल अस्थियां भी नहीं मिलियां, बड़ा कुछ होया। वो तुसीं 9 महीनियां दा बच्चा किमें पलदा है, दादी पलदी है, पर कभी मन दे विच ये चीज़ सोचिया भी अज मैं इन्ना कुछ कौम दो वारिया कह लिए या खोया, अपने खोए ने सी भी सानू उस समय की प्राप्ति को नज़र आउंदी है तुहानू उस समय दियां को प्राप्तियां? गल ये है जी प्राप्ति पहला आपां नूं ये देखना पैंदा बई जो संत भी कह के गए सी ਜਿਹੜੇ ਵੀ ਸਰੀਰਕ ਮੌਤ ਨੂੰ ਮਰਨਾ ਵੀ ਹਨਾ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਜੇ ਜਾਰੀ ਦਿੰਦੇ ਵੀ ਉਹੀ ਹਨਾ ਵੀ ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ, ਅਸਲ ਮੌਤ ਆ। ਪਹਿਲਾਂ ਤਾਂ ਉਹ ਚੀਜ਼ 'ਤੇ ਪਹਿਰਾ ਦਿੱਤਾ ਪਿਤਾ ਜੀ ਉਹਨਾਂ ਨੇ। ਉਹ ਤੋਂ ਪਹਿਲਾਂ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਦੇ ਵਿੱਚ ਆਪਣੇ ਆਉਂਦਾ ਹਨਾ ਆਤਮਾ ਗ੍ਰੰਥ ਮੈਂ ਜੀ ਸਰੀਰ ਪੰਥ ਮੈਂ, ਸਰੀਰ ਪੰਥ ਵਿੱਚ ਉਹਨਾਂ ਨੇ ਉਹ ਚੀਜ਼ 'ਤੇ ਪਹਿਰਾ ਦਿੱਤਾ। ਉਹ ਚੀਜ਼ ਨੂੰ ਆਪਾਂ ਦੇਖਦੇ ਹੋਏ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਵੀ ਮੈਂ ਉਹਨਾਂ ਦੇ ਖੂਨ ਦੇ ਵਿੱਚੋਂ ਹਾਂ ਬਈ। ਇਸ ਕਰਕੇ ਮੈਂ ਇਹ ਚੀਜ਼ ਨੂੰ ਨਹੀਂ ਦੇਖਦਾ ਵੀ ਕੌਮ ਨੇ ਸਾਨੂੰ ਕੁਛ ਜਾਣਦੇ ਆ ਕਿ ਨਹੀਂ, ਸਾਨੂੰ ਕੌਮ ਵੀ ਸਤਿਕਾਰ। ਮੇਰੇ ਲਈ ਤਾਂ ਉਹੀ ਬਹੁਤ ਵੱਡੀ ਗੱਲ ਹੈ ਜਿਵੇਂ ਹੁਣ ਮੈਨੂੰ ਕੋਈ ਕਹਿੰਦਾ ਹੁੰਦਾ ਬਈ ਕਿਤੇ ਵੀ ਆਪਾਂ ਆਹ ਕਰ ਲਈਏ ਜਾਂ ਹਨਾ ਇਹ ਕਰ ਲਈਏ, ਮੇਰੇ ਤਾਂ ਲਈ ਇੱਕ ਉਹੀ ਬਹੁਤ ਵੱਡੀ ਗੱਲ ਹੈ ਮੈਂ ਉਹਨਾਂ ਦੇ ਖੂਨ ਦੇ ਵਿੱਚੋਂ ਹਾਂ, ਜਿਵੇਂ ਉਹਨਾਂ ਦਾ ਨਾਮ ਸਾਂਭ ਕੇ ਉਵੇਂ ਰੱਖ ਲੈਣ ਬਈ ਜੋ ਰਿਸ਼ਤਾ ਨਾਮ ਆ ਜਿਵੇਂ ਉਹ ਉਹੀ ਉਵੇਂ ਸਾਂਭ ਕੇ ਰੱਖ ਲਾਂ, ਉਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਜੀ। ਕਿਉਂਕਿ ਮੈਂ ਇੱਕ ਸ਼ਹੀਦ ਸਿੰਘ ਦੇ ਖੂਨ ਦੇ ਵਿੱਚੋਂ ਆ ਗਿਆ। ਹਾਂਜੀ ਕਿਉਂਕਿ ਇਹ ਚੀਜ਼ ਇਹ ਜਿਹੜਾ ਜਨਮ ਹੈ ਇਹ ਉਵੇਂ ਆਮ ਨਹੀਂ ਮਿਲਦਾ, ਇਹ ਜੇ ਪਿਛਲੇ ਜਨਮ 'ਚ ਮੈਂ ਕੁਛ ਕੀਤਾ ਹੋਊਗਾ ਕੁਛ ਚੰਗਾ ਕੀਤਾ ਹੋਊਗਾ ਤਾਂ ਹੀ ਐਡੇ ਸ਼ਹੀਦ ਸਿੰਘ ਦੇ ਪਰਿਵਾਰ ਦੇ ਵਿੱਚ ਮੈਂ ਅੱਜ ਹੈਗਾ ਜੀ। ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਕੋਈ ਵੀ ਮੇਰੇ ਨਾਲ ਜੇ ਕੋਈ ਵਾਕਿਆ ਬੀਤਿਆ ਹੁਣ ਤੱਕ ਮੈਂ ਉਹ ਚੀਜ਼ ਨੂੰ ਨੈਗੇਟਿਵ ਨਹੀਂ ਲੈ ਕੇ ਜਾਂਦਾ ਹੁੰਦਾ, ਮੈਂ ਉਹ ਚੀਜ਼ ਨੂੰ ਪੋਜ਼ਿਟਿਵ ਲੈ ਕੇ ਜਾਂਦਾ ਹੁੰਦਾ ਵੀ ਜੇ ਆਪਾਂ ਪੋਜ਼ਿਟਿਵ ਸੋਚਾਂਗੇ ਫਿਰ ਆਪਾਂ ਨੂੰ ਗਲਤ ਪਾਸੇ ਨੂੰ ਨਹੀਂ ਜਾਊਗਾ। ਅਤੇ ਬਾਕੀ ਰਹੀ ਗੱਲ ਵੀ ਆਪਾਂ ਕੀ ਖੱਟਿਆ ਉਹਦੇ ਵਿੱਚੋਂ, ਹੁਣ ਵੀ ਕਈ ਪਰਿਵਾਰ ਮਿਲਦੇ ਆ, ਕਈ ਪਰਿਵਾਰ ਮਿਲਦੇ ਆ, ਮੇਰੀ ਵਾਈਫ ਦੇ ਘਰ ਦੇ ਤੁਸੀਂ ਇਹ ਲਓ ਸਾਹਮਣੇ ਘਰ ਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ, ਅਤੇ ਉਹ ਚਾਚੀ ਜੀ ਉਹਨਾਂ ਨੇ ਵੀ ਮੈਨੂੰ ਆਪ ਆ ਕੇ ਅੱਗਿਓਂ ਦੱਸਿਆ ਬਈ ਪੁੱਤ ਵੀ ਵੀ ਮੈਂ ਵੀ ਕਿਸੇ ਟਾਈਮ ਵੀ ਮੈਨੂੰ ਬਈ ਸੀਗਾ ਵੀ ਮੈਨੂੰ ਹਨਾ ਵੀ ਛੱਡ ਦੇਣਾ ਸੀਗਾ, ਤੇ ਪਰ ਬਈ ਤੇਰੇ ਡੈਡੀ ਆ ਕੇ ਵੀ ਇੱਕ ਵਾਰ ਉੱਥੇ ਘਰੇ ਜਾ ਕੇ ਕਿਹਾ ਸੀਗੇ ਬਈ ਇਹ ਸਾਡੀ ਭੈਣ ਆ, ਜੇ ਸਾਡੀ ਭੈਣ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਦੱਸੋ, ਜੇ ਨਹੀਂ ਤੇ ਫਿਰ ਅੱਜ ਤੋਂ ਬਾਅਦ ਇਹ ਭੈਣ ਇੱਥੇ ਵਸੂਗੀ ਤੇ ਜੇ ਤੁਸੀਂ ਇਹਨੂੰ ਕੁਛ ਕਿਹਾ ਫਿਰ ਅਸੀਂ ਅਗਲੀ ਵਾਰ ਸਮਝਾਉਣ ਨਹੀਂ ਆਉਣਾ। ਅੱਛਾ ਅੱਛਾ ਕਹਿਣ ਤੋਂ ਭਾਵ ਹਾਂ ਠੀਕ ਹੈ ਬਿਲਕੁਲ ਬਹੁਤ ਅੱਛੀ ਗੱਲ ਹੈ ਕਿ ਪ੍ਰਾਪਤੀਆਂ ਕੁੜੀਆਂ ਦੇ ਘਰ ਵਸਾਏ ਹਨਾ, ਉਦੋਂ ਵੈਸੇ ਕਾਫੀ ਕੁਝ ਐਸਾ ਹੋਇਆ ਮੇਰੇ ਵੀ ਸੁਣਨ ਦੇ ਵਿੱਚ ਬੜਾ ਆਇਆ। ਸਿੰਘ ਨੇ ਜਿਹੜੇ ਉਹ ਵੀ ਆਪਣੇ ਪੰਥਕ ਗਤੀਵਿਧੀਆਂ ਦੇ ਵਿੱਚ ਵਿਚਰਦੇ ਆ, ਉਹਨਾਂ ਦੇ ਭੈਣ ਜੀ ਵੀ ਉਸ ਟਾਈਮ ਦੇ ਵਿੱਚ ਉਹਨਾਂ ਨੇ ਆਪ ਹੀ ਮੈਨੂੰ ਆਪਣੇ ਮੂੰਹੋਂ ਪਹਿਲੀ ਵਾਰ ਗੱਲ ਜਦ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਆਪ ਹੀ ਦੱਸਿਆ ਸੀਗਾ ਵੀ ਮੇਰੇ ਭੈਣ ਜੀ ਨੂੰ ਵੀ ਇਹੀ ਦਿਖਾਉਣ ਦੇ ਵਿੱਚੋਂ ਉਦੋਂ ਵਿਚਰਨਾ ਪਿਆ ਸੀਗਾ, ਤੇ ਪਰ ਉਸ ਵੇਲੇ ਤੇਰੇ ਡੈਡੀ ਨੇ ਆ ਕੇ ਵੀ ਇੱਕ ਵਾਰ ਉੱਥੇ ਕਹਿ ਕੇ ਗਏ ਸੀ ਪਰਿਵਾਰ ਦੇ ਵਿੱਚ, ਤੇ ਅੱਜ ਵੀ ਭੈਣ ਜੀ ਉੱਥੇ ਚੜ੍ਹਦੀ ਕਲਾ ਵਿੱਚ ਵਸ ਰਹੇ ਨੇ।
ਇਹ ਪ੍ਰਾਪਤੀ ਜਿਹੜੀ ਸੀਗੀ ਇਹ ਸਿੰਘਾਂ ਦੇ ਉਸ ਟਾਈਮ ਦੀ ਜਿਹੜੀ ਸੋਚ ਸੀਗੀ ਬਈ ਜਦ ਇੱਕ ਵਾਰ ਉਹ ਜਿਵੇਂ ਹੁਣ ਅੱਜ ਵੀ ਹੁਣ ਧੱਕੇ ਚੱਲਦੇ ਹੀ ਆ ਦਾਜ ਪਿੱਛੇ ਚੱਲ ਪੈਂਦੇ ਆ ਜਾਂ ਹੋਰ ਵੀ ਅੱਜ ਛੱਡ ਦਿੰਦੇ ਆ ਬਈ ਹੁਣ ਉਹਨਾਂ ਨੂੰ ਇੱਕ ਡਰ ਨੀ ਹੈਗਾ ਉਸ ਵੇਲੇ ਉਹਨਾਂ ਨੂੰ ਸਿੰਘਾਂ ਦਾ ਡਰ ਇੱਕ ਇੰਨਾ ਕੁ ਸੀਗਾ ਡਰ ਦੀ ਵੀ ਤੁਹਾਨੂੰ ਇੱਕ ਹੋਰ ਦੱਸਦਾ ਮੈਂ ਪਿੱਛੇ ਜੇ ਹੁਣ ਅੰਮ੍ਰਿਤਸਰ ਗਿਆ ਸੀਗਾ ਉੱਥੇ ਆਪਣੇ ਛੱਜਲ ਵੱਡੀ ਪਿੰਡ ਆ ਤੇ ਉੱਥੇ ਜਦ ਮੈਂ ਗਿਆ ਤੇ ਉਹ ਮੈਨੂੰ ਉੱਥੇ ਆਪਣੇ ਸਿੰਘ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲਾ ਵਾ ਤੇ ਉਹ ਮੈਨੂੰ ਕਿਤੇ ਪਿੰਡ 'ਚ ਨਾਲ ਲੈ ਕੇ ਗਏ ਤਰਨ ਤਾਰਨ ਦੇ ਅਤੇ ਉਹ ਇੱਕ ਸਿੰਘ ਦੱਸੇ ਗੱਲਬਾਤ ਉਹ ਕਹਿੰਦਾ ਬਈ ਮੈਨੂੰ ਨਾ ਕਿਤੇ ਲੈ ਕੇ ਵੀ ਕੋਈ ਸਿੰਘ ਆਇਆ ਸਾਡੇ ਇੱਥੇ ਪਿੰਡ ਦੇ ਵਿੱਚ ਕਹਿੰਦੇ ਮੈਂ ਉਦੋਂ ਸਕੂਲ ਪੜ੍ਹਦਾ ਸੀਗਾ ਅਤੇ ਕਹਿੰਦੇ ਮੈਨੂੰ ਸਿੰਘ ਨੇ ਕਿਹਾ ਵੀ ਭਾਈ ਜਿਹੜਾ ਆਪਣੇ ਸੂਏ ਦੇ ਨਾਲ ਨਾਲ ਭਖੜਾ ਬਹੁਤ ਲੰਬਾ ਲੰਬਾ ਹੁੰਦਾ ਵਾ ਉਸ ਟਾਈਮ ਦੇ ਵਿੱਚ ਹੁਣ ਤਾਂ ਚਲੋ ਸਰਕਾਰ ਨੇ ਉਹ ਚੀਜ਼ਾਂ ਖਤਮ ਕਰਤੀਆਂ ਅਤੇ ਉਹ ਉੱਥੇ ਵੀ ਜਾ ਕੇ ਬਹਿ ਗਿਆ ਕਹਿੰਦੇ ਸਿੰਘਾਂ ਵੀ ਮੈਂ 3 ਦਿਨ ਇੱਥੇ ਰਹਿਣਾ ਵਾ ਦਿਨੇ ਤੂੰ ਮੇਰੇ ਕੋਲ ਨਹੀਂ ਆਉਣਾ ਸਿਰਫ਼ ਇੱਕ ਰਾਤ ਦਾ ਪ੍ਰਸ਼ਾਦਾ ਅਤੇ ਇੱਕ ਵੱਡੀ ਪਾਣੀ ਦੀ ਬੋਤਲ ਮੈਨੂੰ ਫੜਾ ਕੇ ਜਾਇਆ ਕਰਨੀ ਆ ਰਾਤ ਨੂੰ ਬਈ ਦਿਨੇ ਤੂੰ ਇੱਥੇ ਨਹੀਂ ਆਉਣਾ ਕਹਿੰਦੇ ਜਿੱਦਣ 3ਜੇ ਦਿਨ ਬਈ ਮੈਂ ਉਹਨਾਂ ਨੂੰ ਪ੍ਰਸ਼ਾਦਾ ਦੇਣ ਗਿਆ ਅਤੇ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਬਈ ਮੈਂ ਅੱਜ ਇੱਥੋਂ ਚਲੇ ਜਾਣਾ ਅਤੇ ਕਹਿੰਦੇ ਉਦਣ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰੀ ਵੀ ਭਾਈ ਵੀ ਕਿਹੜੇ ਸਕੂਲ 'ਚ ਪੜ੍ਹਦਾ ਕਹਿੰਦੇ ਮੈਂ ਕਿਹਾ ਜੀ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਅਤੇ ਕਹਿੰਦੇ ਉਹਨਾਂ ਨੇ ਕਿਹਾ ਬਈ ਕਿਹੜੀ ਡਰੈਸ ਆ ਬਈ ਵਰਦੀ ਕਿਹੜੀ ਆ ਕਹਿੰਦੇ ਮੇਰੇ ਮੂੰਹ 'ਚੋਂ ਵੀ ਹੋਰ ਕੁਛ ਨਹੀਂ ਨਿਕਲਿਆ ਮੈਂ ਕਿਹਾ ਕੁੱਤਿਆਂ ਵਾਲੀ ਹਾਂ ਬਈ ਮੇਰੇ ਮੂੰਹ 'ਚੋਂ ਕਹਿੰਦੇ ਹੋਰ ਕੁਛ ਨਹੀਂ ਨਿਕਲਿਆ ਮੇਰੇ ਮੂੰਹ 'ਚ ਨਿਕਲਿਆ ਵੀ ਕੁੱਤਿਆਂ ਵਾਲੀ ਵਰਦੀ ਆ ਬਈ ਖਾਕੀ ਪੈਂਟ ਆ ਲਾਲ ਚਿੱਟੀ ਕਮੀਜ਼ ਆ ਅਤੇ ਲਾਲ ਪੱਗ ਆ ਅਤੇ ਕਹਿੰਦੇ ਵੀ ਜਦ ਮੈਂ ਇਹ ਗੱਲ ਕਹੀ ਅਤੇ ਕਹਿੰਦੇ ਕੋਈ ਨਾ ਕਹਿੰਦੇ ਉਹਨਾਂ ਨੇ ਲੈਟਰ ਪੈਡ ਕੱਢਿਆ ਅਤੇ ਲੈਟਰ ਪੈਡ 'ਤੇ ਲਿਖ ਕੇ ਕਹਿੰਦੇ ਮੈਨੂੰ ਫੜਾ ਤਾ ਕਹਿੰਦੇ ਵੀ ਇਹ ਪ੍ਰਿੰਸੀਪਲ ਦੇ ਜਾ ਕੇ ਦਫ਼ਤਰ 'ਚ ਰੱਖਣਾ ਵਾ ਰੱਖਣਾ ਉਦੋਂ ਆ ਜਦ ਕਿਸੇ ਕੋਈ ਤੈਨੂੰ ਦੇਖੇ ਨਾ ਕਹਿੰਦੇ ਵੀ ਮੈਂ ਹਫ਼ਤਾ ਕੁ ਵੀ ਮੈਂ ਰੋਜ਼ ਸਵੇਰੇ ਸਵੇਰੇ ਜਾਇਆ ਕਰਾਂ ਅਤੇ ਜਾ ਕੇ ਮੈਂ ਦੇਖੇ ਕਰਾਂ ਵੀ ਨਹੀਂ ਮੌਕਾ ਮਿਲੇ ਕਰੇ ਵੀ ਜਿਹੜਾ ਪੀਅਨ ਵਗੈਰਾ ਹੁੰਦਾ ਸੀਗਾ ਕਹਿੰਦੇ ਉਹ ਕਰੇ ਵੀ ਫਿਰ ਉੱਥੇ ਮੂਹਰੇ ਖੜਾ ਹੁੰਦਾ ਸੀ ਸਵੇਰੇ ਆ ਕੇ ਖੋਲ੍ਹਦਾ ਜੀ ਦਾ ਸਕੂਲ ਅਤੇ ਕਹਿੰਦੇ ਇੱਕ ਦਿਨ ਕੀ ਹੋਇਆ ਪੀਅਨ ਪਾਣੀ ਭਰਨ ਲਈ ਗਿਆ ਜਿਹੜਾ ਡਰਾਈਵਰ ਉਸ ਵੇਲੇ ਹੋਊਗਾ ਹੈ ਨਾ ਘੜੇ ਦੇ ਵਿੱਚ ਅਤੇ ਕਹਿੰਦੇ ਪਾਣੀ ਭਰਨ ਲਈ ਗਿਆ ਕਹਿੰਦੇ ਮੈਂ ਦੇਖਿਆ ਵੀ ਹੈ ਨਹੀਂ ਕਹਿੰਦੇ ਮੈਂ ਜਾ ਕੇ ਟੇਬਲ 'ਤੇ ਧਰਤਾ ਕਹਿੰਦੇ ਪ੍ਰੇਅਰ ਹੋ ਕੇ ਹਟੀ ਆ ਪ੍ਰਿੰਸੀਪਲ ਜਾ ਕੇ ਦਫ਼ਤਰ 'ਚ ਬੈਠਾ ਵਾ ਅਤੇ ਉਹਨੇ ਜਾ ਕੇ ਪੜ੍ਹਿਆ ਹੋਣਾ ਅਤੇ ਉਹਨੇ ਨਾਲ ਨਾ ਫਿਰ ਪ੍ਰੇਅਰ ਬੁਲਾ ਲਈ ਵੀ ਆ ਜਾਓ ਵਾਪਸ ਉਹਨੇ ਫਿਰ ਗਰਾਊਂਡ 'ਚ ਸਾਰੇ ਬੱਚੇ ਸਾਰੇ ਬੁਲਾ ਲਏ ਫਿਰ ਉਹਨੇ ਕਹਿੰਦੇ ਸਟੇਜ 'ਤੇ ਚੜ੍ਹ ਕੇ ਇਹੀ ਕਿਹਾ ਵੀ ਉੱਪਰੋਂ ਹੁਕਮ ਆਇਆ ਅਜੇ ਇਹ ਨਹੀਂ ਦੱਸਿਆ ਵੀ ਖੜਕੂ ਸਿੰਘਾਂ ਦੀ ਚਿੱਠੀ ਆਈ ਸਿੰਘਾਂ ਵੱਲੋਂ ਆਇਆ ਕਹਿੰਦੇ ਉਹਨੇ ਇਹੀ ਕਿਹਾ ਵੀ ਉੱਪਰੋਂ ਹੁਕਮ ਆਇਆ ਬਈ ਕੱਲ੍ਹ ਤੋਂ 10 ਦਿਨਾਂ ਦੇ ਵਿੱਚ ਕੇਸਰੀ ਪੱਗ ਚਿੱਟੀ ਕਮੀਜ਼ ਕਾਲੀ ਪੈਂਟ ਪਾ ਕੇ ਆਉਣੀ ਆ ਬਈ 10 ਦਿਨਾਂ ਦੇ ਵਿੱਚ ਸਾਰੇ ਨੇ ਆਪਣੀ ਡਰੈਸ ਚੇਂਜ ਕਰਨੀ ਆ ਵੀ ਆਹ ਚੀਜ਼ਾਂ ਪਾ ਕੇ ਆਉਣੀ ਉੱਪਰੋਂ ਹੁਕਮ ਆਇਆ ਉੱਪਰੋਂ ਹੁਕਮ ਆਇਆ ਅਤੇ ਕਹਿੰਦੇ ਬਈ ਮੈਂ ਹੱਸਾਂ ਬਈ ਠੀਕ ਆ ਵੀ ਕਹਿੰਦੇ ਮੈਨੂੰ ਤਾਂ ਪਤਾ ਸੀ ਵੀ ਕਿੱਧਰੋਂ ਹੁਕਮ ਆਇਆ ਅਤੇ ਕਹਿੰਦੇ ਬਈ 10 ਦਿਨ ਲੰਘੇ ਕਹਿੰਦੇ ਮੈਂ ਬਈ ਇੱਕ ਦਿਨ ਉਮੀਦ ਜਾਣ ਕੇ ਨਾ ਪਾ ਕੇ ਦੂਜੀ ਆ ਗਿਆ ਕਹਿੰਦੇ ਪ੍ਰਿੰਸੀਪਲ ਕਹਿੰਦਾ ਉਹ ਪੁੱਤਰਾ ਤੂੰ ਪਾਲ ਆ ਦੂਜੀ ਤਰ੍ਹਾਂ ਵੀ ਉੱਪਰੋਂ ਹੁਕਮ ਆਇਆ ਤੂੰ ਕਿਉਂ ਐਵੇਂ ਪਾਈ ਜਾਂਦਾ ਕਹਿੰਦੇ ਮੇਰੇ ਅੰਦਰੋਂ ਹਾਸਾ ਨਿਕਲੇ ਕਰੇ ਵੀ ਮੈਨੂੰ ਪਤਾ ਕਿੱਥੋਂ ਆਇਆ ਹੁਕਮ ਤੇ ਦੇਖ ਲਓ ਇਸ ਤਰੀਕੇ ਨਾਲ ਵੀ ਇਹਨਾਂ ਉਹਨਾਂ ਦਾ ਦਬਦਬਾ ਰਿਹਾ ਆ ਉਦੋਂ ਦਬਦਬਾ ਰਿਹਾ ਵੀ ਕੁੰਡਾ ਸੀ ਉੱਤੇ ਹਾਂਜੀ ਉਹ ਤੋਂ ਬਾਅਦ ਤੁਸੀਂ ਜਿਹੜੇ ਤੁਸੀਂ ਲਓ ਜਿਹੜੇ ਬਰਾਤਾਂ ਦੇ ਵਿੱਚ ਜ਼ਿਆਦਾ ਜਿਹੜੇ ਲੈ ਕੇ ਜਾਂਦੇ ਹੁੰਦੇ ਸੀਗੇ ਬਰਾਤੀਆਂ ਨੂੰ ਜ਼ਿਆਦਾ ਲੈ ਕੇ ਜਾਂਦੇ ਹੁੰਦੇ ਸੀ ਇਹਦਾ ਵੀ ਤੁਹਾਨੂੰ ਇੱਕ ਵਾਕਿਆ ਸੁਣਾਉਂਦਾ ਇੱਕ ਵਾਰ ਆਪਣੇ ਜਟਾਣਾ ਪਿੰਡ ਆ ਸਾਡੇ ਪਿੰਡ ਦੇ ਨਾਲ ਇਹ ਜਟਾਣਾ ਪਿੰਡ ਆ ਠੀਕ ਹੈ ਉੱਥੇ ਮੇਰੀ ਵਾਈਫ ਦੇ ਮਾਸੜ ਜੀ ਨੇ ਅਤੇ ਉਹਨਾਂ ਨੇ ਦੱਸਿਆ ਵੀ ਕਹਿੰਦੇ ਸਾਡੇ ਪਿੰਡ ਦਾ ਵਾਕਿਆ ਇਹ ਕਹਿੰਦੇ ਬਈ ਉਹ ਵਿਆਹ 'ਤੇ ਚੱਲੇ ਸੀਗੇ ਕਿਸੇ ਕੁੜੀ ਦੇ ਵਿਆਹ 'ਤੇ ਚੱਲੇ ਸੀਗੇ ਅਤੇ ਬੱਸ ਭਰ ਕੇ ਚੱਲੇ ਸੀਗੇ ਮੁੰਡੇ ਵਾਲੇ ਕਿਉਂਕਿ ਖਾੜਕੂ ਸਿੰਘਾਂ ਨੇ ਐਲਾਨ ਕੀਤਾ ਸੀ ਨਾ ਵੀ 5 ਜਾਂ 11 ਇਸ ਤੋਂ ਬਾਅਦ ਬਰਾਤੀ ਨਹੀਂ ਜਾਣਾ ਚਾਹੀਦੀ ਜ਼ਿਆਦਾ ਨਹੀਂ ਜਾਣਾ ਚਾਹੀਦੇ ਐਲਾਨ ਕੀਤਾ ਸੀ ਇਹਨਾਂ ਨੇ ਉਹਨਾਂ ਨੇ ਐਲਾਨ ਕੀਤਾ ਸੀਗਾ ਅਤੇ ਵੀ 5 ਸਿੰਘ ਵੀ ਜਾਣੇ ਚਾਹੀਦੇ ਪਰਿਵਾਰ ਦੇ ਮਾਂ ਬਾਪ 'ਤੇ ਵੀ ਉਹ ਜਾਓ ਤੁਸੀਂ ਉਹਨਾਂ ਦੀ ਕੁੜੀ ਵਾਲੇ ਦੇ ਭਾਰ ਨਾ ਪਾਓ ਵੀ ਚੁੰਨੀ ਚੜ੍ਹਾ ਕੇ ਲੈ ਕੇ ਆਓ ਤੁਸੀਂ ਦਾਜ ਦੇ ਵਿੱਚ ਵੀ ਕੁਛ ਨਹੀਂ ਉਦੋਂ ਲੈਣਾ ਅਤੇ ਉਹ ਜਦ ਉਹ ਇਲਾਕੇ ਦੇ ਵਿੱਚ ਡੈਡੀ ਵਿਚਰਦੇ ਹੁੰਦੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੱਸ ਭਰ ਕੇ ਲੈ ਕੇ ਚੱਲੇ ਆ ਅਤੇ ਡੈਡੀ ਹੁਣੀ ਉੱਥੇ ਪਹੁੰਚ ਗਏ ਮੌਕੇ 'ਤੇ ਉਹਨਾਂ ਨੇ ਸਾਰੀ ਬੱਸ 'ਚ ਉਤਾਰ ਲਏ ਕਹਿੰਦੇ ਆ ਜਾਓ ਬਰਾਤੀ ਹਾਂਜੀ ਅਤੇ ਉਹ ਪਹਿਲਾਂ ਤਾਂ ਸਾਰੇ ਹੱਥ ਜੋੜਨ ਵੀ ਇਹਦਾ ਵੀ ਅੱਜ ਸਾਡੇ ਗਏ ਵੀ ਚੱਕਦਾ ਸਾਨੂੰ ਤਾਂ ਉਹ ਕਹਿੰਦੇ ਨਹੀਂ ਤੁਹਾਨੂੰ ਕੁਛ ਕਹਿੰਦੇ ਨਹੀਂ ਹੈਗੇ ਪਹਿਲਾਂ ਤਾਂ ਬੱਸ 'ਚ ਨਾ ਉਤਰਨ ਵੀ ਨਹੀਂ ਜੀ ਵੀ ਅਸੀਂ ਨਹੀਂ ਉਤਰਦੇ ਉਹ ਕਹਿੰਦੇ ਵੀ ਤੁਸੀਂ ਥੱਲੇ ਉਤਰੋ ਵੀ ਤੁਹਾਨੂੰ ਵੀ ਕੁਛ ਕਹਿੰਦੇ ਨਹੀਂ ਹੈਗੇ ਬਈ ਤੁਹਾਨੂੰ ਇੱਕ ਸਬਕ ਦੇਣਾ ਭਾਈ ਵੀ ਇਹ ਚੀਜ਼ ਨਹੀਂ ਕਰਨੀ ਅਤੇ ਉਹ ਜਦ ਉਤਰੇ ਆਏ ਸਾਰੇ ਅਤੇ ਉਹਦੇ ਉੱਥੇ ਨਾ ਬਹੁਤ ਵੱਡਾ ਗੁਬਾਰਾ ਲੱਗਿਆ ਹੋਇਆ ਸੀਗਾ ਜਿਹੜੇ ਪਾਥੀਆਂ ਦਾ ਹੁੰਦਾ ਵਾ ਗੋਹਾ ਵੀ ਜਿਹੜਾ ਤਾਜ਼ਾ ਸੁੱਟਿਆ ਕਹਿੰਦੇ ਪਾਥੀਆਂ ਪੱਥਣ ਲੱਗ ਜਾਓ ਸਾਰੇ ਸਾਰੇ ਬਰਾਤੀਆਂ ਨੂੰ ਸਾਰੇ ਜੀ ਇਹ ਜਿਹੜੇ ਨਾਤੇ ਧੋਤੇ ਸੀ ਸਾਰੇ ਨਾਤੇ ਧੋਤੇ ਤਿਆਰ ਹੋਏ ਹੋਏ ਸਾਰੇ ਉੱਥੇ ਪਾਥੀਆਂ ਪੱਥਣ ਲਾਤੇ
ਉਹ ਚੀਜ਼ ਉਹਨਾਂ ਦੀ ਵੀ ਜਦੋਂ ਉੱਥੇ ਪਤਾ ਲੱਗਿਆ ਹੋਊਗਾ ਉਹ ਤੋਂ ਬਾਅਦ ਫਿਰ ਵੀ ਉਹ ਸਮਝ ਗਏ ਹੋਣਗੇ ਇਲਾਕੇ ਦੇ ਵੀ ਸਮਝ ਗਏ ਵੀ ਭਾਈ ਵੀ ਇਹ ਚੀਜ਼ ਅਸੀਂ ਐਵੇਂ ਨਹੀਂ ਕਰਨੀ ਬਈ ਇਹ ਸਿੰਘਾਂ ਦਾ ਉਸ ਵੇਲੇ ਦਾ ਇੱਕ ਸੀਗਾ ਬਈ ਉਹ ਸਮਝਾਉਂਦੇ ਵੀ ਆਪਣੇ ਹਿਸਾਬ ਨਾਲ ਹੁੰਦੇ ਸੀ ਵੀ ਉਹ ਸਮਝਾਉਂਦੇ ਸੀ ਲੋਕ ਵੀ ਭਾਈ ਵੀ ਇਹ ਚੀਜ਼ ਅਸੀਂ ਫਿਰ ਹੁਣ ਤੁਸੀਂ ਲਓ ਜਿਹੜੇ ਅੱਜ ਕੱਲ੍ਹ ਲੱਚਰ ਗਾਇਕੀ ਕਰਦੇ ਆ ਲੱਚਰ ਗਾਇਕੀ ਦੇ ਵਿੱਚ ਵੀ ਉਸ ਵੇਲੇ ਵੀ ਸਿੰਘਾਂ ਨੇ ਬਹੁਤ ਇਹੋ ਜਿਹੇ ਗਾਇਕ ਸੀਗੇ ਜਿਹਨਾਂ ਨੂੰ ਇਹ ਚੀਜ਼ ਜਿਹੜੇ ਉਸ ਵੇਲੇ ਗਾਉਂਦੇ ਸੀਗੇ ਪਰ ਗਲਤ ਪਾਸੇ ਨੂੰ ਚੱਲ ਪੈਂਦੇ ਸੀਗੇ ਤੇ ਉਹ ਵੀ ਇੱਕ ਬਹੁਤ ਉੱਘਾ ਗਾਇਕ ਸੀਗਾ ਡੈਡੀ ਉਹਨਾਂ ਨੇ ਉਹਨਾਂ ਵੀ ਬੜੇ ਪਿਆਰ ਨਾਲ ਸਮਝਾਇਆ ਤੇ ਉਹਨੇ ਉਹ ਤੋਂ ਬਾਅਦ ਉਹ ਚੀਜ਼ ਤੋਂ ਸਮਝ ਕੇ ਮਾਫ਼ੀ ਵੀ ਮੰਗੀ ਸੀ ਵੀ ਅੱਜ ਤੋਂ ਬਾਅਦ ਮੈਂ ਇਹ ਚੀਜ਼ ਨੂੰ ਨਹੀਂ ਕਰੂੰਗਾ ਤੇ ਮੈਂ ਹੁਣ ਠੀਕ ਚੱਲੂੰਗਾ ਜੀ ਜੀ ਬਿਲਕੁਲ ਜੀ ਤੁਹਾਡੀ ਗੱਲ ਅਸੀਂ ਸੁਣਦੇ ਹਾਂ ਦੋਸਤੋ ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਪਾ ਦਿਆਂ ਖਾੜਕੂ ਸਿੰਘਾਂ ਦੇ ਕੁਝ ਐਸੇ ਬਣਾਏ ਹੋਏ ਨਿਯਮ ਸਨ ਜਿਹੜੇ ਮਾਨਵਤਾ ਦੀ ਪਰਿਵਾਰਾਂ ਦੀ ਭਲਾਈ ਲਈ ਸਨ ਹੁਣ ਇੱਥੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਕਈਆਂ ਨੇ ਇਸ ਇੰਟਰਵਿਊ ਤੋਂ ਬਾਅਦ ਵੀ ਮੈਨੂੰ ਬੜਾ ਤਰ੍ਹਾਂ ਦਾ ਪੇਸ਼ ਕਰਨਾ ਖਾੜਕੂ ਪੱਖੀ ਬਿਲਕੁਲ ਜੀ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਪਰ ਹੁਣ ਬੜੇ ਪਿਆਰ ਦੇ ਨਾਲ ਗੱਲ ਨੂੰ ਸੁਣਿਆ ਜੇ ਇੱਕ ਉਹਨਾਂ ਵੱਲੋਂ ਐਲਾਨ ਸੀ ਕਿ ਅਰਦਾਸ ਮਾਈਕ ਦੇ ਵਿੱਚ ਨਹੀਂ ਹੋਵੇਗੀ ਕਹਿੰਦੇ ਕਈ ਵਾਰੀ ਸਾਡਾ ਮੁਕਾਬਲਾ ਹੋਣ ਵਾਲਾ ਹੁੰਦਾ ਅਸੀਂ ਕੋਈ ਕਾਰਵਾਈ ਪਾਉਣੀ ਹੁੰਦੀ ਹੈ ਜਦੋਂ ਸਪੀਕਰ 'ਤੇ ਅਰਦਾਸ 'ਤੇ ਉਦੋਂ ਸਾਨੂੰ ਅਰਦਾਸ ਦੇ ਵਿੱਚ ਜੁੜਨਾ ਪੈਂਦਾ ਅਰਦਾਸ ਸਪੀਕਰ ਦੇ ਵਿੱਚ ਨਹੀਂ ਹੋਵੇਗੀ ਫਸਟ ਸੈਕਿੰਡ ਬਰਾਤ ਜਿਹੜੀ ਹੈ ਕਹਿੰਦੇ ਪੰਜ ਬਰਾਤੀ ਜਾਣਗੇ ਜੇ ਤੁਹਾਨੂੰ ਲੱਗਦਾ ਤਾਂ 11 ਜਾਣਗੇ ਕਹਿੰਦੇ ਇਹ ਨਹੀਂ ਹੈ ਵੀ ਤੁਸੀਂ ਭਰ ਭਰ ਕੇ ਟਰਾਲੀ ਲੈ ਜਾਓ ਜਾਂ ਪੂਰਾ ਦਾ ਪੂਰਾ ਪਿੰਡ ਅੱਪੜ ਜਾਓ ਕਹਿੰਦੇ ਕੁੜੀ ਲੈਣ ਜਾਣਾ ਕੋਈ ਕਬਜ਼ਾ ਥੋੜ੍ਹਾ ਲੈਣ ਜਾਣਾ ਇਸ ਕਰਕੇ ਨਹੀਂ ਬਈ ਜਿੰਨੇ ਘੱਟ ਤੋਂ ਘੱਟ ਜਾ ਸਕਣ ਅਤੇ ਇੱਕ ਚੀਜ਼ ਮਨ ਦੇ ਵਿੱਚ ਮਹਿਸੂਸ ਕਰਿਆ ਜੇ ਵੀ ਉਸ ਸਮੇਂ ਦਾਜ ਦਹੇਜ ਤੋਂ ਬਿਨਾਂ ਵਿਆਹ ਹੋਏ ਬੜਾ ਧਿਆਨ ਦਿਆ ਜੇ ਫਿਰ ਦਾਜ ਦਹੇਜ ਤੋਂ ਬਿਨਾਂ ਹੀ ਇਕੱਲੇ ਵਿਆਹ ਨਹੀਂ ਹੋਏ ਇਹਦੇ ਵਿੱਚ ਇੱਕ ਹੋਰ ਖਾਸੀਅਤ ਸੀ ਖਰਚੇ ਵੀ ਬਚੇ ਕਿਵੇਂ ਬਚੇ ਕਿਉਂਕਿ ਤੁਸੀਂ ਵੇਖੋ ਵੀ 5 ਤੋਂ 10 ਜਾਂ 11 ਜਣਿਆਂ ਦਾ ਪ੍ਰਸ਼ਾਦਾ ਅਤੇ ਸਾਡੀਆਂ ਮਈਆਂ ਘਰ ਦੇ ਵਿੱਚ ਚੁੱਲ੍ਹੇ 'ਤੇ ਬਣਾ ਦਿੰਦੀਆਂ ਨੇ ਇਹ ਚੁੱਲ੍ਹੇ ਚੌਂਕੇ ਦੇ ਵਿੱਚ ਹੀ ਸਾਰਾ ਹੋ ਜਾਂਦਾ ਸੀ ਜਿਵੇਂ ਅੱਜ ਅਸੀਂ ਪੈਲਸ ਹੈ 200-200 ਬਰਾਤੀ ਆ ਜਾਂਦਾ ਹੈ 200-400 ਆਪਦੇ ਆ ਜਾਂਦੇ ਹੈ ਅਸੀਂ ਆਪਣਾ ਜਲੂਸ ਆਪ ਕੱਢਦੇ ਪਏ ਹਾਂ ਚਲੋ ਖੈਰ ਇਹ ਮਾਮਲਾ ਮੈਂ ਤੁਹਾਡੇ ਗਿਆਤ ਵਿੱਚ ਦੱਸਦਾ ਪਿਆ ਨਾ ਖਾੜਕੂ ਸਿੰਘ ਵੱਲੋਂ ਐਲਾਨ ਸੀ ਅਰਦਾਸ ਸਪੀਕਰ ਦੇ ਵਿੱਚ ਨਹੀਂ ਹੋਵੇਗੀ ਸੈਕਿੰਡ 5 ਜਾਂ 11 ਬਰਾਤੀ ਇਸ ਤੋਂ ਵੱਧ ਬਰਾਤੀ ਨਹੀਂ ਹੋਣਗੇ ਅਤੇ ਵੀਰ ਜੀ ਨੇ ਦੱਸਿਆ ਕਹਿੰਦੇ ਵੀ ਮੇਰੇ ਪਿਤਾ ਜੀ ਨੂੰ ਪਤਾ ਲੱਗਾ ਵੀ ਬਰਾਤ ਬੱਸ ਭਰ ਕੇ ਜਾ ਰਹੀ ਉਦੋਂ ਬੱਸ ਦਾ ਬੜਾ ਰਿਵਾਜ਼ ਹੁੰਦਾ ਸੀ ਬੱਸ ਭਰ ਕੇ ਜਾ ਰਹੀ ਹੈ ਮਿੰਨੀ ਬੱਸ ਹੁੰਦੀ ਸੀ ਅਤੇ ਬੜੀ ਭਰ ਕੇ ਲੋਕਾਂ ਨੇ ਟੌਰ ਨਾਲ ਛੱਤ 'ਤੇ ਬਹਿਣਾ ਅਤੇ ਕਹਿੰਦੇ ਜਦੋਂ ਪਤਾ ਲੱਗਾ ਤਾਂ ਨਾਲ ਦੀ ਨਾਲ ਘੇਰ ਕੇ ਸਾਰਿਆਂ ਕੋਲੋਂ ਪਾਥੀਆਂ ਪਥਾਈਆਂ ਕਹਿੰਦੇ ਚਲੋ ਵੀ ਪਾਥੀਆਂ ਪੱਥੋ ਅਤੇ ਆ ਪਿਆ ਜੇ ਗੋਹਾ ਜਿਹੜਾ ਤਾਜ਼ਾ ਗੋਹਾ ਪਿੰਡ ਦੇ ਵਿੱਚੋਂ ਇਕੱਠਾ ਹੋ ਕੇ ਆਇਆ ਸੀ ਐਨ ਨਾਤੇ ਧੋਤੇ ਪੂਰੇ ਕੰਮ ਦੇ ਉੱਪਰ ਲਾ ਦਿੱਤੇ ਕਹਿੰਦੇ ਵੀ ਇਹ ਤੁਹਾਨੂੰ ਸਜ਼ਾ ਹੈ ਇਹ ਤੁਹਾਨੂੰ ਪਨਿਸ਼ਮੈਂਟ ਹੈ ਵੀ ਕਿਸੇ ਦੇ ਉੱਪਰ ਜਾ ਕੇ ਬੋਝ ਕਿਵੇਂ ਬਣੀਦਾ ਧੀਆਂ ਵਸਾਈਆਂ ਜਿਸ ਕਿਸੇ ਦਾ ਪਤਾ ਲੱਗਦਾ ਸੀ ਵੀ ਕੁੜੀ ਨੂੰ ਛੱਡ ਦਿੱਤਾ ਅਤੇ ਨਾਲ ਹੀ ਚਲੇ ਜਾਂਦੇ ਹੁੰਦੇ ਸੀ ਕਹਿੰਦੇ ਵੀ ਜੇ ਤਾਂ ਕੁੜੀ ਦੇ ਵਿੱਚ ਕੋਈ ਨੁਕਸ ਹੈ ਤਾਂ ਉਹ ਵੀ ਦੱਸੋ ਇਹ ਹੁੰਦਾ ਨਿਆਂ ਇਹ ਨਹੀਂ ਵੀ ਅਸੀਂ ਕੁੜੀ ਵਸਾਉਣੀ ਹੈ ਅਤੇ ਅਸੀਂ ਕੁੜੀ ਨੂੰ ਸਮਝਾਈਏ ਅਤੇ ਜੇ ਕੁੜੀ ਦੇ ਵਿੱਚੋਂ ਨੁਕਸ ਨਹੀਂ ਹੈ ਕੁੜੀ ਤੁਹਾਡੀ ਸੇਵਾ ਕਰਦੀ ਹੈ ਅਤੇ ਜੇ ਸਿਰਫ ਇਸ ਕਰਕੇ ਵੀ ਇਹਦਾ ਰੰਗ ਇਹੋ ਜਿਹਾ ਇਹਦਾ ਰੰਗ ਪੱਕਾ ਹੈ ਇਹ ਮਧਰੀ ਹੈ ਇਹਨੇ ਕੋਲ ਲੈ ਕੇ ਨਹੀਂ ਆਈ ਇਹਦਾ ਪਿੱਛਾ ਫਲਾਣਾ ਹੈ ਇਹ ਤਾਂ ਲੋਕ ਇਹੋ ਜਿਹੇ ਨੇ ਅਤੇ ਇਹ ਚੀਜ਼ਾਂ ਪਹਿਲਾਂ ਵੇਖਣੀਆਂ ਸੀ ਹੁਣ ਦੀਆਂ ਵੇਖਣ ਵਾਲੀਆਂ ਹੁਣ ਘਰ ਬੱਸੇਗਾ ਅਤੇ ਬੱਸੇਗਾ ਇਹ ਕੁਝ ਐਸੇ ਪੁਆਇੰਟ ਹੁੰਦੇ ਸੀ ਕਿ ਜਿਹੜੇ ਲੋਕਾਂ ਨੂੰ ਬੜੇ ਚੰਗੇ ਲੱਗਦੇ ਹੁੰਦੇ ਸਨ ਅਤੇ ਕਈ ਵਾਰੀ ਤਾਂ ਐਸਾ ਵੀ ਹੁੰਦਾ ਸੀ ਵੀ ਪਿੰਡਾਂ ਦੀਆਂ ਪੰਚਾਇਤਾਂ ਦੇ ਮਸਲੇ ਖਾੜਕੂ ਸਿੰਘ ਆ ਕੇ ਸੁਲਝਾਉਂਦੇ ਹੁੰਦੇ ਸਨ ਮਾਮਲਾ ਠਾਣੇ ਨਹੀਂ ਸੀ ਜਾਣ ਦਿੰਦੇ ਹੁੰਦੇ ਕੋਰਟ ਕਚਹਿਰੀ ਨਹੀਂ ਸੀ ਜਾਣ ਦਿੰਦੇ ਹੁੰਦੇ ਅਤੇ ਇਹਨਾਂ ਦੇ ਕੀਤੇ ਹੋਏ ਨਿਆਂ ਨੂੰ ਕੋਈ ਚੈਲੰਜ ਵੀ ਨਹੀਂ ਸੀ ਕਰਦਾ ਹੁੰਦਾ ਕੋਈ ਸਾਰੀਆਂ ਚੀਜ਼ਾਂ ਆਈਆਂ ਅਤੇ ਆਓ ਆਪਾਂ ਹੋਰ ਵੀ ਜਾਣਕਾਰੀਆਂ ਲੈਂਦੇ ਹਾਂ ਵੀਰ ਜੀ ਗੱਲ ਕਰਦੇ ਪਏ ਸੀ ਲੱਚਰ ਗਾਇਕੀ ਦੀ ਵੀਰ ਜੀ ਜਿਵੇਂ ਤੁਸੀਂ ਗੱਲ ਕਰਦੇ ਸੀ ਲੱਚਰ ਗਾਇਕੀ ਦੀ ਵੀ ਲੱਚਰ ਗਾਇਕੀ ਨੂੰ ਵੀ ਉਸ ਸਮੇਂ ਠੱਲ ਪਈ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਆਪਾਂ ਸਾਰਿਆਂ ਨੂੰ ਪਤਾ ਵੀ ਲੱਚਰ ਗਾਇਕੀ ਕਿਉਂ ਚਲਾਈ ਗਈ ਸੀ ਪੰਜਾਬ ਦੇ ਲੋਕਾਂ ਨੂੰ ਨਚਾਰ ਪੰਜਾਬ ਦੇ ਲੋਕਾਂ ਨੂੰ ਇੱਜ਼ਤ ਤੋਂ ਹੀਣੇ ਇਹ ਕਰਨ ਵਾਸਤੇ ਇਹ ਸਰਕਾਰਾਂ ਦੀ ਇੱਕ ਪੋਲਿਸੀ ਸੀ ਜਿਹਦੇ ਤਹਿਤ ਲੱਚਰ ਗਾਇਕੀ ਜਿਹੜੀ ਹੈ ਕਿਹਨਾਂ ਲੋਕਾਂ ਨੇ ਪ੍ਰਮੋਟ ਕੀਤੀ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਪਿਛਲੇ ਦਿਨਾਂ ਦੇ ਵਿੱਚ ਬਿੱਟੂ ਦਾ ਜਿਹੜਾ ਬਿਆਨ ਆਇਆ ਹੈ ਬੇਅੰਤ ਦੇ ਪੋਤਰੇ ਬੇਅੰਤ ਸਿੰਘ ਦੇ ਪੋਤਰੇ ਦਾ ਉਹਦੇ ਵਿੱਚੋਂ ਕਾਫੀ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਚਲੋ ਖੈਰ ਤੁਸੀਂ ਲੱਚਰ ਗਾਇਕੀ ਦੀ ਗੱਲ ਕਰਦੇ ਸੀ ਵੀ ਖਾੜਕੂ ਸਿੰਘਾਂ ਨੇ ਉਸ ਸਮੇਂ ਇਹ ਚੀਜ਼ਾਂ ਰੋਕੀਆਂ ਪਿੰਡਾਂ ਦੇ ਵਿੱਚ ਜਾ ਕੇ ਜੀ ਹੁਣ ਜਿਵੇਂ ਤੁਹਾਨੂੰ ਮੈਂ ਆਪਾਂ ਪਹਿਲਾਂ ਗੱਲ ਕਰ ਹੀ ਰਹੇ ਸੀਗੇ ਜੀ ਤੇ ਤੁਸੀਂ ਵੀ ਹੁਣ ਦੱਸਿਆ ਹੀ ਆ ਬਈ ਬਿੱਟੂ ਦਾ ਜਿਹੜਾ ਬਿਆਨ ਆਇਆ ਬਈ ਆ ਪਿੱਛੇ ਹੁਣ ਜਦੋਂ ਇਹਨੂੰ ਪਿੱਛੇ ਇਹਨਾਂ ਦਾ ਭੋਗ ਭੋਗ ਜੋ ਮਨਾਉਂਦੇ ਆ ਇਹ ਹਨਾ ਸ਼ਰਧਾਂਜਲੀ ਸਮਾਗਮ ਕਰਦੇ ਆ ਤੇ ਫੁੱਲ ਚਾੜ ਦਿੰਦੇ ਆ ਫੋਟੋ ਕਰਕੇ ਭੋਗ ਤਾਂ ਮਨਾਉਂਦੇ ਨਹੀਂ ਹੈਗੇ ਇਹਦਾ ਫੁੱਲ ਇੱਕ ਫੋਟੋ ਲਾਉਂਦੇ ਆ
ਫੋਟੋ ਲਾ ਕੇ ਉਹਦੇ ਫੁੱਲ ਚੜ੍ਹ ਦਿੰਦੇ ਆ। ਉੱਥੇ ਇਹਨੇ ਸ਼ਰੇਆਮ ਇਹ ਬਿਆਨ ਦਿੱਤਾ ਵਾ ਪ੍ਰੈਸ ਨੂੰ, ਕਹਿੰਦਾ ਜੀ 1992 ਦੇ ਵਿੱਚ ਮੇਰਾ ਦਾਦਾ ਸਰਦਾਰ ਬੇਅੰਤ ਸਿੰਘ ਕਹਿੰਦਾ ਬਈ ਆਪਾਂ ਤਾਂ ਚਲੋ ਬੁੱਚੜੇ ਕਹਾਂਗੇ ਵੀ ਜਿਵੇਂ ਕੇ ਪੀ ਐਸ ਗਿੱਲ ਬੁੱਚੜ ਸੀਗਾ, ਇਹ ਉਹ ਤਾਂ ਵੱਡਾ ਬੁੱਚੜ ਸੀਗਾ ਬੇਅੰਤ ਸਿੰਘ। ਤੇ ਇਹ ਇਹਨੇ ਵੀ ਕਹਿੰਦਾ ਲੈ ਕੇ ਆਇਆ 92 ਦੇ ਵਿੱਚ ਗਾਇਕਾਂ ਨੂੰ ਪ੍ਰਮੋਟ ਕੀਤਾ ਵਾ। ਉਸ ਵੇਲੇ ਇਹਨੇ ਇਹਨਾਂ ਨੇ ਇੱਕ ਨਵੀਂ ਨਵੀਂ ਟੀਮ ਵੀ ਬਣਾਈ ਸੀ ਜਿਹਦੇ ਵਿੱਚ ਆ ਹੁਣ ਪਿੱਛੇ ਜਿਹੜਾ ਆਪਣੇ ਗੁਰਦਾਸ ਮਾਨ ਕਹਿੰਦਾ ਮਾਸੀ ਵੀ ਜ਼ਰੂਰੀ ਆ, ਉਹ ਉਹ ਵੀ ਉਹ ਚੀਜ਼ਾਂ ਦੇ ਵਿੱਚੋਂ ਨਿਕਲ ਕੜੀ ਕੜੀ ਜੁੜਦੀ ਆ, ਕੜੀ ਜੁੜਦੀ ਆ ਜੀ, ਇਹ ਕੜੀ ਸਾਰੀ ਜੁੜਦੀ ਆ, ਇਹ ਉਹਨਾਂ ਦੇ ਸਾਰੇ ਪੈਦਾ ਕੀਤੇ ਹੋਏ ਆ। ਤੇ ਜਿਹਨਾਂ ਨੂੰ ਅੱਜ ਆਪਣੀ ਨੌਜਵਾਨੀ ਜਿਹੜੀ ਕਹਿੰਦੀ ਵੀ ਇਹ ਸਾਡੇ ਬਈ ਬਹੁਤ ਤੁਸੀਂ ਲਾ ਲਓ ਹੀਰੋ ਨੇ ਜਾਂ ਕੁਛ, ਆਪਣੇ ਹੀਰੋ ਇਹ ਨਹੀਂ ਹੈਗੇ ਵੀ ਆਪਣੇ ਹੀਰੋ ਉਹ ਨੇ ਵੀ ਜਿਹੜੇ ਕੌਮ ਲਈ ਕੁਛ ਕਰਕੇ ਗਏ, ਜੋ ਸਾਨੂੰ ਕੁਛ ਦੇ ਕੇ ਆਪਣਾ ਸਾਰਾ ਕੁਛ ਵਾਰ ਕੇ, ਜਿਹੜਾ ਸਾਰਾ ਕੁਛ ਵਾਰ ਕੇ ਉਸ ਆਪਣੀ ਕੌਮ ਨੂੰ ਕੁਛ ਦੇ ਕੇ ਗਏ ਆ। ਜਿਵੇਂ ਆਪਣੇ ਭਾਈ ਗੁਰਦੇਵ ਸਿੰਘ ਦੇਬੂ ਨੇ, ਆਪਾਂ ਤੁਸੀਂ ਪਿੱਛੇ ਗੱਲ ਕੀਤੀ ਸੀ ਵੀ ਜਿਹੜੇ ਆਪਣੇ ਭਾਈ ਬੰਦਾ ਸਿੰਘ ਬਹਾਦਰ, ਉਹ ਚੀਜ਼ਾਂ ਨੂੰ ਸਾਰਾ ਕੁਛ ਦੁਹਰਾ ਕੇ ਗਏ ਨੇ। ਭਾਈ ਗੁਰਦੇਵ ਸਿੰਘ ਦੇਬੂ ਨੂੰ ਉਬਲਦੇ ਹੋਏ ਪਾਣੀ ਦੇ ਵਿੱਚ ਉਬਾਲਿਆ ਗਿਆ ਸੀਗਾ, ਭਾਈ ਅਨੋਖ ਸਿੰਘ ਬੱਬਰ ਦੇ ਅੱਖਾਂ ਕੱਢ ਲਈਆਂ ਗਈਆਂ ਸੀਗੀਆਂ, ਪਿਤਾ ਜੀ ਦਾ ਤੁਹਾਨੂੰ ਮੈਂ ਹੁਣੇ ਦੱਸਿਆ ਹੀ ਆ। ਤੇ ਭਾਈ ਸਤਰਾਣਾ ਸੀਗੇ, ਉਹਨਾਂ ਦੇ ਤੁਸੀਂ ਸਾਰੇ ਪ੍ਰੈਸਾਂ ਲਾਈਆਂ ਹੋਈਆਂ ਸੀਗੀਆਂ, ਸਾਰੀਆਂ ਆਹ ਹੱਡੀਆਂ ਦੇਖਣ ਲੱਗ ਗਈਆਂ ਸੀਗੀਆਂ ਮਾਂ ਦੀਆਂ। ਤੇ ਇਹ ਚੀਜ਼ਾਂ ਜੇ ਆਪਾਂ ਇਤਿਹਾਸ ਪੜ੍ਹੀਏ ਤੇ ਅਸਲੀ ਹੀਰੋ ਇਹ ਨੇ ਜੋ ਕੌਮ ਲਈ ਕੁਛ ਕਰਕੇ ਗਏ ਆ, ਜਿਹਨਾਂ ਨੇ ਆਪਣਾ ਅੰਗ ਅੰਗ ਬਿਠਾਤਾ। ਤੇ ਪਰ ਅੱਜ ਜੋ ਪ੍ਰਚਾਰ ਹੋ ਰਿਹਾ, ਚਾਹੇ ਸਰਕਾਰ ਵੱਲੋਂ ਲਾ ਲਓ, ਚਾਹੇ ਆਪਣੇ ਹੋਰ ਜਿੰਨੇ ਪ੍ਰਚਾਰਕ ਨੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਵੇਖਿਆ, ਜਿਹਨਾਂ ਦੇ ਅੱਗੇ ਸੁਣਨ ਵਾਲੇ ਕਹਿੰਦੇ ਤੁਸੀਂ ਵੇਖਿਆ ਵਾ ਉਹ ਚੀਜ਼ ਨੂੰ, ਹਜੇ ਕੱਲ੍ਹ ਦੀਆਂ ਗੱਲਾਂ ਨੇ, ਤੁਸੀਂ ਉਹ ਸਿੰਘਾਂ ਦੇ ਚਲੋ ਉਂਗਲ ਬਿਠਾਉਂਦੇ ਹੋ, ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ, ਉਹਨਾਂ ਜਿਹਨਾਂ ਦੇ ਆਪਾਂ ਪੈਰ ਵਰਗੇ ਨਹੀਂ, ਇਹ ਤਾਂ ਹਜੇ ਕੱਲ੍ਹ ਦੀਆਂ ਗੱਲਾਂ ਨੇ 92-92 ਦੀਆਂ, ਤੁਸੀਂ ਇਹੀ ਚੱਕ ਇਹ ਤਾਂ ਚੱਕ ਕੇ ਦੇਖ ਲਓ। ਜਿਵੇਂ ਤੁਸੀਂ ਗੱਲ ਕਰਦੇ ਸੀ, ਹਾਂਜੀ, ਤੇ ਕੇ ਪੀ ਐਸ ਗਿੱਲ ਦੇ ਮੂੰਹ ਤੇ, ਹਾਂਜੀ, ਬਿਲਕੁਲ ਮੂੰਹ ਦੇ ਉੱਤੇ ਤੁਹਾਡੇ ਪਿਤਾ ਜੀ ਨੇ ਥੁੱਕਿਆ, ਉਹ ਮਾਜ਼ਰਾ ਕੀ ਹੈ, ਥੋੜੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਓ ਜੀ। ਇਹ ਆ ਵੀ ਜਦੋਂ ਡੈਡੀ ਤੇ ਭਾਈ ਜਗਦੀਸ਼ ਸਿੰਘ ਦਿਸ਼ਾ, ਜੋ ਉਹਨਾਂ ਦੇ ਭਾਈ ਵੀ ਬਣੇ ਹੋਏ ਸੀ, ਪੱਗ ਵੱਟ ਭਰਾ ਵੀ ਸੀਗੇ। ਅੱਛਾ, ਜਗਦੀਸ਼ ਸਿੰਘ ਦਿਸ਼ਾ ਤੇ ਰਿਛਪਾਲ ਸਿੰਘ ਛੰਦੜਾ, ਦੋਵੇਂ ਪੱਗ ਵੱਟ ਭਰਾ ਸਨ। ਹਾਂਜੀ, ਇਹਨਾਂ ਨੇ ਇਹ ਆਪਣੇ ਹਜੂਰੇ ਤੋਂ ਨੇ, ਜੂਰੇ ਤੋਂ ਟਾਂਡੇ ਕੋਲ ਪੈਂਦਾ ਵਾ, ਤੇ ਜੂਰਾ ਬੜਾ ਮਸ਼ਹੂਰ ਆ। ਹਾਂਜੀ, ਤੇ ਉਹ ਇਹਨਾਂ ਦੇ ਵੀ ਜਦ ਮੂਵਮੈਂਟ ਦੇ ਵਿੱਚ ਆਏ ਨੇ, ਸਾਰਿਆਂ ਤੋਂ ਪਹਿਲਾਂ ਇਹ ਮਿਲੇ ਭਾਈ ਜੂਰੇ ਨੂੰ, ਭਾਈ ਜਗਦੀਸ਼ ਸਿੰਘ ਦਿਸ਼ੇ ਨੂੰ, ਸਾਰਿਆਂ ਤੋਂ ਪਹਿਲਾਂ ਇਹ ਗੁਰਦਾਸਪੁਰ ਮਿਲੇ ਨੇ ਕਾਲਜ ਦੇ ਵਿੱਚ। ਇਹਨਾਂ ਦਾ ਹੌਲੀ ਹੌਲੀ ਪ੍ਰੇਮ ਭਾਈਆਂ ਵਾਂਗੂ ਜ਼ਿਆਦਾ ਵਧਿਆ, ਜਿਵੇਂ ਹੁਣ ਸਿੰਘਾਂ ਦੀ ਟੀਮ ਹੁੰਦੀ ਸੀਗੀ, ਹੁਣ ਉਹ ਸਾਰਿਆਂ 'ਤੇ ਨਹੀਂ ਜ਼ਿਆਦਾ ਵਿਸ਼ਵਾਸ ਕਰਦੇ, ਦੋ ਜਣੇ ਦੀ ਟੀਮ ਹੀ ਹੁੰਦੀ, ਭਾਈ ਜਿੰਦੇ ਸੁੱਖੀ ਦੀ ਟੀਮ ਸੀ, ਉਵੇਂ ਭਾਈ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਦੀ ਜਿਹੜੀ ਟੀਮ ਪੂਰੀ ਜਿਹੜੀ ਉੱਪਰ ਜਾ ਕੇ ਜਿਨ੍ਹਾਂ ਨੇ ਪੂਰਾ ਵਰਕ ਕੀਤਾ, ਉਹ ਇੱਕ ਉਵੇਂ ਇਹ ਟੀਮ ਸੀਗੀ ਭਾਈ ਜਗਦੀਸ਼ ਸਿੰਘ ਦਿਸ਼ਾ ਦੇ ਭਾਈ ਡੈਡੀ ਜੀ ਦੀ। ਅਤੇ ਉਦਣ ਵੀ ਇਹ ਇਕੱਲੇ ਦੋਨੋਂ ਹੀ ਸਾਈਕਲ 'ਤੇ ਆ ਰਹੇ ਸੀਗੇ, ਅਤੇ ਕਿਸੇ ਦੇ ਕੈਟ ਦੇ ਸੂਹ ਦੇ ਥਰੂ ਇਹਨਾਂ ਦੀ ਪਛਾਣ ਹੋ ਗਈ ਸੀ, ਕਿਉਂਕਿ ਇਹ ਇਹਨਾਂ ਦਾ ਇੱਕ ਦਿੱਖ ਜਿਹੜੀ ਸੀਗੀ ਉਹ ਵੀ ਇੱਕ ਸਾਵਲੀ ਜਿਹੀ ਸੀਗੀ, ਇਹ ਹਰ ਇੱਕ ਚੀਜ਼ ਦੇ ਵਿੱਚ ਉਤਰ ਜਾਂਦੇ ਸੀਗੇ। ਉਦਣ ਵੀ ਇਹਨਾਂ ਨੇ ਦਿਹਾੜੀਦਾਰ ਦੇ ਇਹ ਇੱਕ ਹਿਸਾਬ ਦੇ ਭੇਸ 'ਚ ਸੀਗੇ, ਇਹਨਾਂ ਨੇ ਕੁੜਤੇ ਪਜਾਮੇ ਪੁਰਾਣੇ ਜਿਹੇ ਪਾਏ ਹੋਏ ਸੀ, ਚਾਦਰਾ ਲਾਇਆ ਹੋਇਆ ਸੀਗਾ, ਅਤੇ ਉੱਤੇ ਪਰਨਾ ਬੰਨਿਆ ਹੋਇਆ, ਅਤੇ ਨਹੀਂ ਪਛਾਣ ਕਰ ਸਕਦੇ ਸੀ ਵੀ ਇਹ ਰਿਛਪਾਲ ਸਿੰਘ ਛੰਦੜਾ ਵਾ, ਕਿਉਂਕਿ ਕਿਸੇ ਟਾਈਮ ਇਹ ਪੂਰੀ ਪੌਜਮੀ ਪੱਗ ਬੰਨ ਕੇ ਦਾੜੀ ਬੰਨ ਕੇ ਵੀ ਘੁੰਮਦੇ ਰਹੇ ਆ, ਪ੍ਰੋਫੈਸਰ ਦੇ ਤੌਰ 'ਤੇ ਵੀ ਰਹੇ ਆ, ਅਤੇ ਕਿਸੇ ਟਾਈਮ ਇਹ ਪੂਰੇ ਨੋਰਮਲ ਹੁੰਦੇ ਸੀ, ਦਿਹਾੜੀਦਾਰ ਤੌਰ 'ਤੇ ਵੀ ਹੁੰਦੇ ਸੀਗੇ, ਅਤੇ ਸਾਈਕਲ 'ਤੇ ਜਾ ਰਹੇ ਸੀਗੇ, ਅਤੇ ਇਹਨਾਂ ਨੇ ਕਿਸੇ ਕੈਟ ਨੇ ਇਹਨਾਂ ਦੀ ਸੂਹ ਦਿੱਤੀ ਵੀ ਇਹ ਆ ਜਾ ਰਹੇ ਨੇ ਸਾਈਕਲ 'ਤੇ। ਫਿਰ ਇਹਨਾਂ ਨੇ ਜੂਸ ਪੀਤਾ ਵਾ ਇੱਕ ਥਾਂ 'ਤੇ ਗਿੱਲ ਚੌਂਕ ਕੋਲ, ਤੇ ਉਹ ਜਿਹੜੇ ਪੁਲਿਸ ਵਾਲੇ ਉਹਨੇ ਨੇੜੇ ਜਾ ਕੇ ਵੀ ਜੂਸ ਨਾਲ ਬਰਾਬਰ ਜਾ ਕੇ ਸਿਵਲ ਦੇ ਵਿੱਚ ਜਾ ਕੇ ਜੂਸ ਪੀਤਾ ਵਾ, ਅਤੇ ਉਹਨੇ ਧਿਆਨ ਨਾਲ ਦੇਖਿਆ ਵਾ, ਉਹਨੇ ਵੀ ਕਲੀਅਰ ਕਰਤਾ ਵੀ ਇੰਝ ਵੀ ਇਹੀ ਹੈ। ਹੈ ਨਾ ਮੇਰੇ ਸਾਈਕਲ ਦੇ ਜਦੋਂ ਅੱਗੇ ਗਏ ਨੇ, ਇਹਨਾਂ ਦੇ ਵਿੱਚ ਜਾ ਕੇ ਜਿਪਸੀ ਮਾਰੀ ਸੀ। ਅੱਛਾ ਅੱਛਾ, ਉੱਥੇ ਪਿਤਾ ਜੀ ਸਾਈਕਲ ਚਲਾਉਂਦੇ ਸੀਗੇ, ਭਾਈ ਜਗਦੀਸ਼ ਸਿੰਘ ਦਿਸ਼ਾ ਮੂਹਰੇ ਬੈਠੇ ਸੀ ਸਾਈਕਲ 'ਤੇ, ਡੰਡੇ 'ਤੇ ਬੈਠੇ ਸੀਗੇ, ਅਤੇ ਜਦ ਇਹਨਾਂ ਦੇ ਵਿੱਚ ਜਾ ਕੇ ਜਿਪਸੀ ਮਾਰੀ ਆ, ਅਤੇ ਉਦੋਂ ਡੈਡੀ ਦੀ ਲੱਤ ਜਿਹੜੀ ਇੱਧਰਲੇ ਪਾਸਿਓਂ ਵੱਜੀ ਸੀਗੀ, ਆਹ ਲੱਤ ਵੀ ਉਦੋਂ ਹੀ ਟੁੱਟ ਗਈ ਸੀਗੀ, ਵੀ ਟੁੱਟ ਗਈ ਸੀਗੀ। ਅਤੇ ਉਹ ਤੋਂ ਬਾਅਦ ਭਾਈ ਜਗਦੀਸ਼ ਸਿੰਘ ਦਿਸ਼ਾ ਨੂੰ ਐਂ ਸੀਗਾ ਵੀ ਮੇਰੇ ਪਿੱਛੇ ਭੱਜਣਗੇ ਇਹ, ਵੀ ਮੈਂ ਭੱਜ ਲੈਂਦਾ। ਜਦੋਂ ਭੱਜੇ ਤੇ ਇਹ ਉਹਨਾਂ ਦੇ ਪਿੱਛੇ ਨਹੀਂ ਭੱਜੇ ਉਹਨਾਂ ਨੂੰ, ਕਿਉਂਕਿ ਪਤਾ ਸੀ ਰਿਛਪਾਲ ਸਿੰਘ ਛੰਦੜਾ ਕੌਣ ਆ, ਬਈ ਜਗਦੀਸ਼ ਸਿੰਘ ਦਿਸ਼ਾ ਕੌਣ ਆ। ਉਹਨਾਂ ਨੇ ਪਹਿਲਾਂ ਪਿਤਾ ਜੀ ਨੂੰ ਕਾਬੂ ਕੀਤਾ। ਤੁਹਾਡੇ ਪਿਤਾ ਜੀ ਦਾ ਨਾਮ ਵੀ ਸੀ ਕੋਈ? ਉਹਨਾਂ ਨੂੰ ਜਿਹੜੇ ਊਂ ਜਿਹੜਾ ਛੋਟਾ ਸੀਗਾ ਉਹ ਪਿੰਡ ਦੇ ਵਿੱਚ ਤਾਂ ਪੱਪੀ ਕਹਿੰਦੇ। ਨਹੀਂ ਨਹੀਂ, ਉਹਨਾਂ 'ਤੇ ਇਨਾਮ ਵੀ ਰੱਖਿਆ ਗਿਆ ਸੀ ਕੋਈ? ਹਾਂਜੀ, ਇਨਾਮ ਉਹਨਾਂ ਦੇ 15 ਲੱਖ ਦਾ ਇਨਾਮ ਸੀਗਾ ਜੀ। 15 ਲੱਖ ਦਾ ਇਨਾਮ ਉਸ ਟਾਈਮ ਦੇ ਵਿੱਚ 15 ਲੱਖ ਦਾ ਇਨਾਮ ਸੀਗਾ।
ਅਤੇ ਭਾਈ ਜਗਦੀਸ਼ ਸਿੰਘ ਦਿਸ਼ਾ ਦੇ 10 ਲੱਖ ਦਾ ਇਨਾਮ ਸੀਗਾ। ਅਤੇ ਉਹ ਤੋਂ ਬਾਅਦ ਜਦੋਂ ਫਿਰ ਦਿਸ਼ਾ ਚਾਚਾ ਜੀ ਭੱਜੇ ਆ ਵੀ ਮੇਰੇ ਪਿੱਛੇ ਆਉਣਗੇ, ਅੱਗੇ ਖਾਲਸਾ ਫਰਨੀਚਰ ਸੀਗਾ, ਉਹਨਾਂ ਨੇ ਵੀ ਕਿਤੇ ਲੱਗਿਆ ਵੀ ਕੋਈ ਓਂ ਭੱਜਿਆ ਜਾਂਦਾ, ਉਹਨਾਂ ਨੇ ਫੜ ਲਏ। ਖਾਲਸਾ ਫਰਨੀਚਰ ਵਾਲਿਆਂ ਨੇ, ਖਾਲਸਾ ਫਰਨੀਚਰ ਉਹ ਜਿਹੜਾ ਨਹਿਰ ਦੇ ਉੱਤੇ ਆ? ਹਾਂਜੀ। ਅੱਛਾ, ਨਹਿਰ ਵਾਲੇ ਖਾਲਸਾ ਫਰਨੀਚਰ ਵਾਲੇ ਨੇ ਜਗਦੀਸ਼ ਸਿੰਘ ਦਿਸ਼ਾ ਨੂੰ ਫੜ ਲਿਆ ਉੱਥੇ, ਉਹਨਾਂ ਨੇ ਉਹਨਾਂ ਨੂੰ ਫੜਿਆ ਜੀ, ਹੈ ਨਾ। ਅਤੇ ਉਹ ਜਦੋਂ ਬਈ ਉਹਨਾਂ ਨੇ ਦੇਖਿਆ ਮੈਨੂੰ ਹੁਣ ਘੇਰ ਲਿਆ, ਉਹਨਾਂ ਨੇ ਸੈਗਨੈਟ ਲੱਗਿਆ ਸੀਗਾ, ਦਿਸ਼ਾ ਚਾਚਾ ਨੇ ਉਹ ਨਾਲ ਨਾਲ ਵੀ ਨਿਕਲ ਲਿਆ, ਉਹ ਉੱਥੇ ਮੌਕੇ 'ਤੇ ਹੀ ਸ਼ਹੀਦ ਹੋ ਗਏ ਨੇ ਭਾਈ ਜਗਦੀਸ਼ ਸਿੰਘ ਦਿਸ਼ਾ। ਅੱਛਾ। ਅਤੇ ਫਿਰ ਪਿਤਾ ਜੀ ਨੂੰ ਉਹਨਾਂ ਨੇ ਜੇ ਖਾਲਸਾ ਫਰਨੀਚਰ ਵਾਲੇ ਉਹਨਾਂ ਨੂੰ ਨਾ ਫੜਦੇ, ਹਾਂਜੀ, ਅਤੇ ਸ਼ਾਇਦ ਉਹ ਨਾ ਉਹ ਲੈਂਦੇ। ਹਾਂਜੀ। ਅਤੇ ਫਿਰ ਉਹ ਤੋਂ ਬਾਅਦ ਜਿਹੜੇ ਪਿਤਾ ਜੀ ਦਾ ਸੀਗਾ, ਪਿਤਾ ਜੀ ਸੈਗਨੈਟ ਨਹੀਂ ਲੈਂਦੇ ਸੀਗੇ, ਜਿਹੜੇ ਪਰਮਜੀਤ ਸਿੰਘ ਪੰਮਾ ਨੇ ਜਿਹੜੇ ਯੂਕੇ ਦੇ ਵਿੱਚ ਹੁਣ 2020 ਦੇ ਪ੍ਰਚਾਰ ਦੇ ਦੌਰ ਦੇ ਨੇ, ਉਹ ਵੀ ਕਿਸ ਟਾਈਮ ਡੈਡੀ ਨਾਲ ਵਿਚਰੇ ਨੇ, ਅਤੇ ਉਹਨਾਂ ਨਾਲ ਵੀ ਮੇਰੀ ਗੱਲ ਵੀ ਹੋਈ ਸੀ, ਅਤੇ ਉਹਨਾਂ ਨੇ ਆਪ ਵੀ ਇੱਕ ਵਾਰ ਪਹਿਲਾਂ ਪੋਸਟ ਪਾ ਕੇ ਕਰੇ, ਫਿਰ ਉਹਨਾਂ ਨੇ ਮੈਂ ਗੱਲ ਪੂਰੀ ਕਲੀਅਰ ਵੀ ਕੀਤੀ ਸੀ। ਫਿਰ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਜੀ, ਕਹਿੰਦੇ ਵੀ ਅਸੀਂ ਇੱਧਰ ਘਰਾਲੀ ਸਾਹਿਬ ਦੇ ਏਰੀਏ ਦੇ ਵਿੱਚ ਸੀਗੇ, ਅਤੇ ਉੱਥੇ ਕਹਿੰਦੇ ਵੀ ਤੁਹਾਡੇ ਡੈਡੀ ਨੂੰ ਅਸੀਂ ਕਿਹਾ ਵੀ ਛੰਦੜਾ ਸਾਹਿਬ ਤੁਸੀਂ ਸੈਗਨੈਟ ਲਾ ਲਓ, ਅਤੇ ਕਹਿੰਦੇ ਉਦੋਂ ਡੈਡੀ ਨੇ ਇਹ ਅੱਗਿਓਂ ਮੁੜ ਕੇ ਜਵਾਬ ਦਿੱਤਾ ਸੀਗਾ ਵੀ ਮੈਂ ਸੈਗਨੈਟ ਨਹੀਂ ਖਾਣਾ, ਬਈ ਜੇ ਮੈਂ ਫੜਿਆ ਗਿਆ ਫਿਰ ਵੀ ਦੁਨੀਆ ਮੈਨੂੰ ਯਾਦ ਰੱਖੂਗੀ, ਜੇ ਮੇਰਾ ਮੁਕਾਬਲਾ ਹੋਇਆ ਫਿਰ ਵੀ ਦੁਨੀਆ ਯਾਦ ਰੱਖੂਗੀ। ਭਾਵ ਉਹਨਾਂ ਦੇ ਬਈ ਕੁਛ ਲਾ ਲਓ ਵੀ ਉਹਨਾਂ ਦੇ ਸ਼ੁਰੂ ਤੋਂ ਇੱਕ ਮਾਇੰਡਸੈਟ ਕੀਤਾ ਹੋਇਆ ਸੀਗਾ ਬਈ ਅਸੀਂ ਕੁਛ ਕਰਕੇ ਵੀ ਕਿਵੇਂ ਜਾਣਾ ਵਾ, ਨਹੀਂ ਉਹਨਾਂ ਜਿਵੇਂ ਬਹੁਤ ਸਾਰੇ ਸਿੰਘ ਸੀਗੇ ਜਿਹੜੇ ਇੱਧਰੋਂ ਬਈ ਉੱਧਰ ਮੂਵ ਵੀ ਹੋ ਗਏ ਸੀਗੇ, ਇਹ ਮੇਨ ਸੀਗੇ, ਇਹ ਜਾ ਵੀ ਸਕਦੇ ਸੀ, ਪਰ ਇਹਨਾਂ ਨੂੰ ਇਹ ਸੀਗਾ ਵੀ ਜਿਹੜੀ ਕੋਈ ਵੀ ਫਾਈਟ ਆ ਉਹ ਜਿਹੜੀ ਧਰਤੀ 'ਤੇ ਜਾ ਕੇ ਲੜੀ ਜਾਂਦੀ ਆ, ਨਾ ਕਿ ਆਪਾਂ ਕਿਤੇ ਬਾਹਰ ਜਾ ਕੇ, ਹੈ ਨਾ, ਵੀ ਆਪਾਂ ਲੜ ਸਕਦੇ ਹਾਂ, ਇਸ ਕਰਕੇ ਉਹਨਾਂ ਨੇ ਉੱਥੇ ਹੀ ਰਹਿ ਕੇ ਇਹ ਵੀ ਆਪਣੀ ਜਿਹੜੀ ਲੜਾਈ ਪਕੜੇ ਗਏ ਸੀ ਉੱਥੇ ਲੁਧਿਆਣੇ। ਹਾਂਜੀ, ਇਹਨਾਂ ਨੂੰ ਫੜ ਲਿਆ ਸੀਗਾ ਅਤੇ ਫੜ ਕੇ ਇਹਨਾਂ ਨੂੰ ਸੀ ਏ ਸਟਾਫ ਲੈ ਕੇ ਸੀਗੇ, ਸੀ ਏ ਸਟਾਫ ਲੈ ਕੇ ਗਏ, ਅਤੇ ਜਦ ਇਹਨਾਂ ਨੂੰ ਪੁੱਛ ਕੇ ਸ਼ੁਰੂ ਕੀਤੀ ਫਿਰ ਡੈਡੀ ਨੇ ਅੱਗੇ ਉਹ ਕਿਹਾ ਮੈਂ ਆਪਣੀ ਜਥੇਬੰਦੀ ਦਾ ਜਰਨੈਲ ਹਾਂ, ਬਈ ਜੇ ਤੁਹਾਡਾ ਕੋਈ ਜਰਨੈਲ ਹੈਗਾ ਮੈਂ ਉਹਨਾਂ ਗੱਲ ਕਰੂੰਗਾ, ਮੈਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ, ਬਈ ਜੇ ਤੁਹਾਡਾ ਕੋਈ ਜਰਨੈਲ ਆ ਵੀ ਉਹਨੂੰ ਬੁਲਾਓ, ਮੈਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ ਹੈਗੀ। ਅਤੇ ਫਿਰ ਉਹਨਾਂ ਨੂੰ ਐਂ ਸੀਗਾ ਵੀ ਕੀ ਪਤਾ ਵੀ ਅੱਗਿਓਂ ਵੀ ਹੁਣ ਦੱਸ ਦੇਣ, ਕਿਉਂਕਿ ਉਹਨਾਂ ਨੇ ਇੰਟਰੋਗੇਟ ਉਦੋਂ ਤੱਕ ਬਹੁਤ ਕਰ ਲਏ ਸੀਗੇ, ਅਤੇ ਪਿਤਾ ਜੀ ਅੱਗਿਓਂ ਕੁਛ ਨਹੀਂ ਬੋਲਦੇ ਸੀ, ਉਹ ਅੱਗਿਓਂ ਇਹ ਕਹਿੰਦੇ ਸੀ ਆਪਣਾ ਕੋਈ ਜਰਨੈਲ ਲੈ ਕੇ ਆਓ ਫਿਰ ਗੱਲ ਕਰਾਂਗੇ, ਤੁਸੀਂ ਮੇਰੇ ਲੈਵਲ ਦੇ ਬੰਦੇ ਨਹੀਂ ਹੈਗੇ। ਅਤੇ ਉਹਨਾਂ ਨੇ ਫਿਰ KPS ਗਿੱਲ ਉਦੋਂ ਆਇਆ, KPS ਗਿੱਲ ਨੂੰ ਐਂ ਸੀਗਾ ਵੀ ਪਤਾ ਨਹੀਂ ਮੈਂ ਕੁਛ ਕਹਾ ਲੂੰਗਾ ਵੀ, ਹੈ ਨਾ, ਇਹਨਾਂ ਤੋਂ ਵੀ ਸਾਰਾ। ਅਤੇ KPS ਗਿੱਲ ਨੇ ਜਦੋਂ ਪਿਤਾ ਜੀ ਨੂੰ ਆ ਕੇ ਪੁੱਛਣਾ ਸ਼ੁਰੂ ਕੀਤਾ, ਉਦੋਂ ਤੱਕ ਇਹਨਾਂ ਨੂੰ ਇੰਟੈਰੋਗੇਟ ਬਹੁਤ ਕਰ ਚੁੱਕੇ ਸੀਗੇ, ਅਤੇ ਪਿਤਾ ਜੀ ਕਹਿੰਦੇ ਵੀ ਮੈਨੂੰ ਇੱਕ ਪਾਣੀ ਦਾ ਗਲਾਸ ਦਿਓ, ਬਈ ਪਾਣੀ ਪੀਣਾ ਮੈਂ ਵੀ, ਫਿਰ ਉਹ ਤੋਂ ਆਪਾਂ ਗੱਲ ਕਰਦੇ ਹਾਂ। ਉਹਨਾਂ ਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ, ਅਤੇ ਉਹਨਾਂ ਨੂੰ ਐਂ ਸੀਗਾ ਵੀ ਹੁਣ ਵੀ ਛੰਦੜੇ ਨੂੰ ਅਸੀਂ ਤੋੜ ਲਿਆ, ਬਈ ਉਹ ਤਾਂ ਵੀ ਆਪ ਹੀ ਦੱਸ ਦੂਗਾ ਵੀ ਮੈਂ ਕੀ ਕੀਤਾ ਕੀ ਨਹੀਂ ਕੀਤਾ। ਪਿਤਾ ਜੀ ਨੇ ਪਾਣੀ ਜਿਹੜਾ ਪਿੱਤਾ ਉਹ ਕੁਰਲੀ, ਜਿਹੜੀ ਪਹਿਲੀ ਪਾਣੀ ਦੀ ਘੁੱਟ ਭਰੀ ਉਹ ਕੁਰਲੀ ਸਿੱਧੀ ਉਹਦੇ KPS ਗਿੱਲ ਦੇ ਮੂੰਹ 'ਤੇ, KPS ਗਿੱਲ ਦੇ ਮੂੰਹ 'ਤੇ ਕੀਤੀ, ਮੂੰਹ 'ਤੇ ਕੀਤੀ, ਥੁੱਕਿਆ ਨਹੀਂ ਸੀ, ਉਹ ਅਸਲ ਕੁਰਲੀ ਜਿਹੜੀ ਪਾਣੀ ਦੀ ਕੁਰਲੀ ਸੀ ਉਹ ਮਾਰੀ ਸੀ। ਅਤੇ ਉਹ ਜਦ ਮਾਰੀ ਅਤੇ ਕਹਿੰਦੇ ਬਈ ਤੂੰ ਮੇਰੇ ਤੋਂ ਆਪਣੇ ਮੇਰੇ ਸਾਥੀਆਂ ਦਾ ਜਿਹੜਾ ਵੀ ਹੈਗਾ ਬਈ ਉਹ ਕਹਾਉਣਾ ਚਾਹੁੰਦਾ ਵੀ ਕਿੱਥੇ ਨੇ, ਵੀ ਕਿੱਥੇ ਕਿੱਥੇ ਨੇ, ਵੀ ਚਾਹੁੰਦਾ ਵੀ ਮੈਂ ਪਤੇ ਦੱਸਾਂ। ਕਹਿੰਦੇ 75 ਸਾਲ ਤਾਂ ਇਸ ਲੁਧਿਆਣੇ ਲੁਧਿਆਣੇ ਦੇ ਵਿੱਚ ਪਈਆਂ ਨੇ, ਕਹਿੰਦੇ ਤੂੰ ਮੇਰੇ ਤੋਂ ਇਹੀ ਕਹਾ ਕੇ ਦਿਖਾ ਦੇ ਬਈ ਇਹ ਕਿੱਥੇ ਪਈਆਂ ਨੇ, ਕਹਿੰਦੇ ਤੂੰ ਤਾਂ ਮੇਰੇ ਤੋਂ ਵੀ ਇਹ ਚਾਹੁੰਦਾ ਵੀ ਮੈਂ ਆਪਣੇ ਸਾਥੀਆਂ ਦੇ ਵੀ ਦੱਸਾਂ ਵੀ ਕਿੱਥੇ ਨੇ, ਕਿਹੜੀ ਕਿਹਦਾ ਬੇਸ ਕਿੱਥੇ ਬਣਾਇਆ ਹੋਇਆ, ਕਿਹਦਾ ਕਿੱਥੇ ਬਣਾਇਆ ਹੋਇਆ, ਇਹ ਤਾਂ ਬਹੁਤ ਦੂਰ ਦੀ ਗੱਲ ਆ। ਕਹਿੰਦੇ ਤੂੰ ਤਾਂ ਮੇਰੇ ਤੋਂ ਆਹੀ ਕਹਾ ਦੇ ਬਈ ਬਈ ਆਹ 75 ਸਾਲ ਤਾਂ ਜਿਹੜੀਆਂ ਨੇ ਵੀ ਇਹ ਕਿੱਥੇ ਨੇ, ਜਾਂ ਤੂੰ ਇਹ ਵੀ ਛੱਡ ਦੇ, ਕਹਿੰਦੇ ਵੀ 75 ਸਾਲ ਤਾਂ ਦੀ ਗੱਲ ਵੀ ਛੱਡ ਦੇ, ਕਹਿੰਦੇ ਤੂੰ ਤਾਂ ਆਹੀ ਕਹਾ ਦੇ ਵੀ ਮੈਂ ਤੇਰੇ ਮੂੰਹ 'ਤੇ ਕੁਰਲੀ ਕਰੀ ਆ, ਜੇ ਮੈਂ ਇਹ ਵੀ ਮੰਨ ਜਾਣਾ ਕਹਿੰਦੇ ਵੀ ਬਹੁਤ ਵੱਡੀ ਪ੍ਰਾਪਤੀ ਹੋ ਗਈ ਤੇਰੇ ਲਈ। ਫਿਰ ਉਹਨਾਂ ਨੇ ਇਹ ਬਖਲਾੜ ਦੇ ਵਿੱਚ ਆ ਕੇ KPS ਗਿੱਲ ਨੇ ਜਦ ਬਈ ਜਦ ਐਡੀ ਗੱਲ ਹੋ ਗਈ ਵੀ ਅਸੀਂ ਇੰਨਾ ਯਾਰ ਵੀ ਇਹਨੂੰ ਤੋੜ ਲਿਆ ਬੰਦੇ ਨੂੰ, ਹੈ ਨਾ, ਬਈ ਇਹਨੇ ਜਦ ਵੀ ਮੈਨੂੰ ਬੁਲਾ ਕੇ ਫਿਰ ਮੇਰੇ ਸਾਰਿਆਂ ਦੇ ਵਿੱਚ ਬੇਇੱਜ਼ਤੀ ਕਰਤੀ। ਉਹਨਾਂ ਨੇ ਇਹ ਬਖਲਾੜ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਬਈ ਤਸਦਦ ਕੀਤਾ, ਉਹਨਾਂ ਦੀ ਲੱਤ ਜਿਹੜੀ ਸੀਗੀ ਜਿਹੜੀ ਟੁੱਟੀ ਹੋਈ ਸੀ ਉਹ ਪੂਰੀ ਵੱਢੇ ਦਿੱਤੀ ਸੀ ਉਹਨਾਂ ਨੇ, ਅਤੇ ਆਹ ਇੱਥੇ ਸਾਰੇ ਸਰੀਏ ਪਾਏ ਹੋਏ ਸੀਗੇ, ਪ੍ਰੈਸਾਂ ਲਾਈਆਂ ਜਿਹੜੇ ਜੀ, ਕਿਉਂਕਿ ਉਹ ਜਦੋਂ ਹੁੰਦੇ ਵੀ ਜਾਗਦੇ ਸੀਗੇ ਵੀ ਜਦੋਂ ਉਹਨੂੰ ਇੰਟੈਰੋਗੇਟ ਕਰਦੇ ਸੀ ਉਹ ਸਿੱਧੀਆਂ ਗਾਲਾਂ ਕੱਢਦੇ ਸੀਗੇ ਉਹਨਾਂ ਨੂੰ, ਅਤੇ ਜਦੋਂ ਬੇਹੋਸ਼ ਹੋ ਜਾਂਦੇ ਵੀ ਜਦੋਂ ਇੰਟੈਰੋਗੇਟ ਕਰਦੇ ਬੇਹੋਸ਼ ਹੋ ਜਾਂਦੇ, ਜਦ ਨਹੀਂ ਸਹੀ ਜਾਂਦਾ ਸੀਗਾ ਸਰੀਰ ਤੋਂ ਉੱਠਦੇ ਸੀਗੇ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਸੀਗੇ, ਉਹ ਜਦ ਦੇਖਦੇ ਸੀ ਵੀ ਉੱਠ ਗਿਆ ਵੀ ਬੰਦਾ ਫਿਰ ਉਹ ਤੋਂ ਬਾਅਦ ਇੰਟੈਰੋਗੇਟ ਕਰਨਾ ਸ਼ੁਰੂ ਕਰ ਦਿੰਦੇ ਸੀਗੇ, ਫਿਰ ਪਿਤਾ ਜੀ ਉਹਨਾਂ ਨੂੰ ਅੱਗਿਓਂ ਫਿਰ ਵੀ ਗੱਲ ਕੱਢਣਾ ਸ਼ੁਰੂ ਕਰਦੇ ਵੀ ਕੀ ਕਹਾ ਲਓਗੇ ਵੀ ਕਢਾ ਲਓ ਕੀ ਕਢਾ ਸਕਦੇ ਹੋ। ਫਿਰ ਉਹਨਾਂ ਨੇ ਅਖੀਰ ਦੇ ਵਿੱਚ ਦੇਖਿਆ ਵੀ ਰਿਸ਼ਪਾਲ ਸਿੰਘ ਸੰਦੜੋ ਤੋਂ ਅਸੀਂ ਕੁਛ ਨਹੀਂ ਕਹਾ ਸਕਦੇ, ਫਿਰ ਅਖੀਰ ਦੇ ਵਿੱਚ ਉਹਨਾਂ ਨੇ ਜੀਭ ਵੜਤੀ ਉਹਨਾਂ ਦੀ, ਫਿਰ ਲਾਸਟ ਵਿੱਚ ਉਹਨਾਂ ਦੀ ਗੋਲੀ ਮਾਰੀ।
इस तरह शहादत भी जी दिल दी गहराइया तो धन्यवादियाँ साढ़े निके जे न्योते प्रवान करते आ जाते समय दिया घड़िया मैं रोक दिया ने। सो दोस्तों इसी वीर अमृतपाल सिंह छंदड़ा शहीद भाई रिछपाल सिंह छंदड़ा के सपुत्र जिन्हों के सिर के उपर उस जमाने के 15 लाख का इनाम से ते पुलिस तलाश करती फिरती सी भालती फिरती सी उन्होंने सपुत्र के नाल अज आप गल्लांबातें कीतियां ने। बड़ी जल्दी किसी होर शख्सियत के नाल तुहाडी सेवा दे विच आवांगा। अपने सेवक हरप्रीत सिंह मखू नूं दिओ इजाजत। वाहिगुरू जी का खालसा वाहिगुरू जी की फतेह।